ਬਿਗੁਨ ਬਿਨਾਸ਼ਣ ਸੋ ਸੋਏ ਹਾਂ ਜੀ ਧਨ ਬਰਖਾਵਤ ਪਹੁੰਚੇ ਜਾਏ ਹਿਰਤ ਪੁਰ ਨਰ ਔਰ ਹਰ ਖਾਏ ਵਾਹਿਗੁਰੂ ਸ੍ਰੀ ਗੁਰ ਦਿੱਤਾ ਦਵਾਰ ਖਰੋਵਾ ਵਾਹਿਗੁਰੂ ਸਾਜ ਆਤੀ ਸਭ ਪ੍ਰੇਜੋਵਾ ਸਤਿ ਪਾਤਸ਼ਾਹ ਗਰੀਬ ਨਵਾਦ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪਰਤਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਰੂਪ ਧੰਨ ਧੰਨ ਸਤਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 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 ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਇ ਇਮਾਨ ਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਸੰਗਤ ਜੀ ਆਪ ਜੀ ਸਾਰੇ ਹੀ ਬੜੇ ਪਿਆਰ ਦੇ ਨਾਲ ਸਤਿਗੁਰੂ ਜੀ ਦੇ ਹਜ਼ੂਰ ਸਾਜ ਕੇ ਬੈਠੇ ਹੋ ਗੁਰਬਾਣੀ ਜੀ ਦਾ कीर्तन पाठ तुसाने ਸਰਵਣ ਕੀਤਾ ਕੁਝ ਸਮਾ ਗੁਰੂ ਘਰ ਦੀ ਮਹਾਨ ਪਵਿੱਤਰ ਕਥਾ ਆਪਾਂ ਜੋ ਕਿ ਰੋਜ਼ ਸਰਵਣ ਕਰਦੇ ਹਾਂ ਉਸ ਨੂੰ ਸਰਵਣ ਕਰਨਾ ਹੈ ਆਓ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੇਠੇ ਸਾਹਿਬ ਜਾਦੇ ਜੇਠਾ ਕਹਿੰਦੇ ਵੱਡੇ ਨੂੰ ਜੀ ਵੱਡੇ ਸਾਹਿਬ ਜੀ ਦੇ ਬਾਬਾ ਜੀ ਬਾਬਾ ਗੁਰਦਿੱਤਾ ਜੀ ਦੇ ਵਿਆਹ ਦੀ ਕਥਾ ਚੱਲ ਰਹੀ ਹੈ ਗੁਰਬਾਣੀ ਦੇ ਵਿੱਚ ਵਿਆਹ ਸ਼ਬਦ ਵੀ ਆਉਂਦਾ ਹੈ ਆਪਾਂ ਇਸ ਮਰਿਆਦਾ ਨੂੰ ਆਨੰਦ ਕਾਰਜ ਕਹਿੰਦੇ ਆ ਉਹ ਅਨੰਦ ਸ਼ਬਦ ਵੱਖਰਾ ਆਉਂਦਾ ਤੇ ਕਾਰਜ ਸ਼ਬਦ ਵੱਖਰਾ ਆਉਂਦਾ ਹੈ ਜੀ ਆਨੰਦ ਤੇ ਕਾਰਜ ਸ਼ਬਦ ਗੁਰਬਾਣੀ ਵਿੱਚ ਇਕੱਠਾ ਨਹੀਂ ਆਉਂਦਾ ਜੀ ਵਿਆਹ ਸ਼ਬਦ ਗੁਰਬਾਣੀ ਵਿੱਚ ਆਉਂਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਆਪ ਉਸ ਵਿਆਹ ਵਿੱਚ ਸ਼ਾਮਲ ਹਨ ਗੁਰੂ ਕੇ ਮਹਿਲ ਤੋਂ ਜਦੋਂ ਬਰਾਤ ਤੁਰੀ ਹੈ ਤੇ ਬਰਾਤ ਦਾ ਪਹਿਲਾ ਪੜਾ ਜਿਹੜਾ ਉਹ ਗੁਰਦੁਆਰਾ ਜਿੱਥੇ ਅੱਜਕੱਲ ਨਾਨਕ ਸਰਵੇਰ ਕਾ ਹੈ ਇੱਥੇ ਪੜਾ ਕੀਤਾ ਗਿਆ ਜੀ ਮਹਾਰਾਜ ਸੱਚੇ ਪਾਤਸ਼ਾਹ ਅੰਤਰਜਾਮੀ ਗੁਰੂ ਹਰਗੋਬਿੰਦ ਸਾਹਿਬ ਜੋਤ ਤਾਂ ਉਹੀ ਹੈ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਾਣ ਲਿਆ ਵੀ ਇਹ ਉਹੀ ਅਸਥਾਨ ਹੈ ਜੀ ਮਹਾਰਾਜ ਸੱਚੇ ਪਾਤਸ਼ਾਹ ਉਸ ਸਥਾਨ ਤੇ ਰੁਕੇ ਮੱਥਾ ਟੇਕਿਆ ਮਾਰਾ ਕਹਿੰਦੇ ਅੱਜ ਰਾਤ ਇੱਥੇ ਰਹਿਣਾ ਹੈ ਜੀ ਸੋ ਜਿੱਥੇ 베ਰ ਕਾ ਗੁਰਦੁਆਰਾ ਬਣਿਆ ਨਾਨਕ ਸਰ ਗੁਰੂ ਹਰਗੋਬਿੰਦ ਸਾਹਿਬ ਵਿਆਹ ਦੇ ਦੌਰਾਨ ਬਾਬਾ ਗੁਰਦਿੱਤਾ ਜੀ ਦੀ ਜਦੋਂ ਬਰਾਤ ਲੈ ਕੇ ਜਾ ਰਹੇ ਆ ਨਾ ਜੀ ਤਾਂ ਫਿਰ ਉੱਥੇ ਰਹੇ ਆ ਜੀ ਉੱਥੋਂ ਦਿਨੇ ਚੱਲੇ ਸੱਚੇ ਪਾਤਸ਼ਾਹ ਮਹਾਰਾਜ ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬਟਾਲੇ ਤੋਂ ਇੱਕ ਕੋ ਪਹਿਲਾਂ ਹੀ ਰੁਕ ਗਏ ਜੀ ਬਟਾਲੇ ਵਿਆਹ ਹੋਣਾ ਸੀ ਬਾਬਾ ਰਾਮਾ ਜੀ ਦਾ ਘਰ। ਇੱਕ ਕੋ ਪਹਿਲਾਂ ਹੀ ਗੁਰੂ ਆਰ ਗੋਬਿੰਦ ਸਾਹਿਬ ਰੁਕ ਗਏ ਜੀ। ਬਰਾਤ ਚ ਕੌਣ ਕੌਣ ਸ਼ਾਮਲ ਹੈ ਬੜੇ ਧਿਆਨ ਨਾਲ ਸੁਣਿਓ। ਸ੍ਰੀ ਗੁਰੂ ਆਰ ਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਰਾਤ ਵਿੱਚ ਆਪ ਸ਼ਾਮਲ ਹਨ। ਬਾਬਾ ਬੁੱਢਾ ਜੀ, ਬਾਬਾ ਗੁਰਦਿੱਤਾ, ਵਾਹਿਗੁਰੂ ਭਾਈ ਗੁਰਦਾਸ ਜੀ ਇਹ ਸਾਰੇ ਸ਼ਾਮਲ ਹਨ ਜੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਮਹਿਲ ਮਾਤਾ ਦਮੋਦਰੀ ਜੀ ਮਾਤਾ ਨਾਨਕੀ ਜੀ ਮਾਤਾ ਮਰਵਾਹੀ ਜੀ ਇਹਨਾਂ ਦੇ ਸਾਥ ਸੰਗਤ ਜੀ ਪਿਤਾ ਵੀ ਜਿਹੜੇ ਹਨ ਉਹ ਸ਼ਾਮਿਲ ਹਨ ਜੀ ਬਹੁਤ ਸਾਰੀਆਂ ਸੰਗਤਾਂ ਵੀ ਬਰਾਤ ਵਿੱਚ ਸ਼ਾਮਿਲ ਹਨ ਤੇ ਗੁਰੂ ਸਾਹਿਬ ਜੀ ਦੇ ਜੋਧੇ ਸੂਰਮੇ ਸ਼ਸਤਰਤਾ ਰਿ ਫੌਜਾਂ ਜਿਹੜੀਆਂ ਹਨ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਉਹ ਵੀ ਸ਼ਾਮਿਲ ਹਨ ਜੀ ਬੜੀ ਵੱਡੀ ਬਰਾਤ ਜਿਹੜੀ ਹੈ ਉਹ ਬਟਾਲੇ ਦੀ ਧਰਤੀ ਤੇ ਜਾ ਰਹੀ ਹੈ ਸੰਗਤਾਂ ਲੜੀਵਾਰ ਕਥਾ ਤੁਸੀਂ ਪਹਿਲਾਂ ਵੀ ਸੁਣੀ ਹੈ ਇੱਕ ਬਰਾਤ ਬਟਾਲੇ ਹੋਰ ਗਈ ਸੀ ਉਹ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਗਈ ਹੈ ਜੀ ਗੁਰੂ ਘਰ ਵਿੱਚੋਂ ਦੂਜੀ ਬਰਾਤ ਬਟਾਲੇ ਜਿਹੜੀ ਆ ਉਹ ਬਾਬਾ ਗੁਰਦਿੱਤਾ ਜੀ ਦੀ ਗਈ ਹੈ ਜੀ ਜੇ ਤੁਹਾਡੇ ਵਿੱਚੋਂ ਇੱਥੇ ਕੋਈ ਬਟਾਲੇ ਦਾ ਰਹਿਣ ਵਾਲਾ ਬੈਠਾ ਹੋਵੇ ਤਾਂ ਉਹਨੂੰ ਪਤਾ ਹੋਏਗਾ ਬਟਾਲੇ ਸਾਧ ਸੰਗਤ ਦੀ ਸਤ ਕਰਤਾਰੀਆਂ ਗੁਰਦੁਆਰਾ ਜੀ ਸਤ ਕਰਤਾਰੀਆਂ ਉਹ ਬਾਬਾ ਗੁਰਦਿੱਤਾ ਜੀ ਦੇ ਵਿਆਹ ਵਾਲਾ ਸਥਾਨ ਹੈ ਜੀ ਹਾਂਜੀ ਬਾਬਾ ਰਾਮਾ ਜੀ ਦਾ ਘਰ ਸੀਗਾ ਜੀ ਉੱਥੇ ਜੀ ਇੱਕ ਕੋ ਦੂਰ ਜਦੋਂ ਬਰਾਤ ਮਹਾਰਾਜ ਨੇ ਪੜਾ ਕਰਾ ਲਿਆ ਗੁਰੂ ਹਰਗੋਬਿੰਦ ਸਾਹਿਬ ਗੁਰਸਿੱਖਾਂ ਨੂੰ ਕਹਿੰਦੇ ਵੀ ਉੱਚੀ ਉੱਚੀ ਨਗਾਰੇ ਵਜਾਓ ਬਾਈ ਨਗਾਰੇ ਵਜਾਏ ਐਨੀ ਜ਼ੋਰ ਦੀ ਨਗਾਰੇ ਵਜਾਏ ਵੀ ਪਤਾ ਲੱਗ ਗਿਆ ਵੀ ਬਰਾਤ ਪਹੁੰਚ ਗਈ ਹੈ ਜੀ ਉਰੋਂ ਦੇ ਬੈਂਡ ਵਾਜੇ ਉਹੀ ਸਨ ਸਾਜ਼ ਸੰਗੀਤ ਦੀ ਤੇ ਬੜਾ ਚਾਅ ਕੀਤਾ ਗਿਆ ਬਾਬਾ ਜੀ ਬਾਬਾ ਰਾਮਾ ਜੀ ਨੂੰ ਪਤਾ ਲੱਗਾ ਵੇਂਗੀਆਂ ਭਰ ਕੇ ਬੱਚਣ ਚੁੱਪ ਕਰਾਓ। ਵੇਂਗੀਆਂ ਭਰ ਕੇ ਮਠਿਆਈਆਂ ਦੀਆਂ ਤੇ ਬਾਬਾ ਰਾਮਾ ਜੀ ਨੇ ਉਸ ਜਗ੍ਹਾ ਭੇਜੀਆਂ ਦੀ। ਗੁਰਸਿੱਖਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਕਿਰਪਾ ਕਰੋ ਤੇ ਹੁਣ ਬਟਾਲੇ ਚਰਨ ਪਾਓ ਜੀ। ਜਦੋਂ ਦਿਨ ਦਾ ਇੱਕ ਪੈਰ ਰਹਿ ਗਿਆ ਨਾ ਦੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਫਿਰ ਹਾਥੀ ਤੇ ਚੜ੍ਹੇ ਦੀ। ਹਾਥੀ ਘੋੜੇ ਸੱਚੇ ਪਾਤਸ਼ਾਹ ਜੀ ਨਾਲ ਲਏ ਸਨ ਦੀ। ਹਾਥੀ ਤੇ ਗੁਰੂ ਜੀ ਚੜ੍ਹੇ ਤੇ ਮਹਾਰਾਜ ਫਿਰ ਆਪ ਬਰਾਤ ਦੀ ਅਗਵਾਈ ਕਰਦੇ ਆ। ਬਾਬਾ ਗੁਰਦਿੱਤਾ ਜੀ ਜੋ ਕਿ ਘੋੜੀ ਤੇ ਬੈਠੇ ਹੋਏ ਹਨ ਜੀ। ਲਾੜੇ ਬਣ ਕੇ ਬਾਬਾ ਗੁਰਦਿੱਤਾ ਜੀ ਘੋੜੀ ਦੇ ਉੱਤੇ ਬੈਠੇ ਆ। ਬਹੁਤ ਵਧੀਆ ਆਨੰਦ ਵਾਲਾ ਮਾਹੌਲ ਜਿਹੜਾ ਉਹ ਬਣਿਆ ਹੋਇਆ ਹੈ ਜੀ। ਫਿਰ ਤੁਸੀਂ ਸੁਣਿਆ ਜਦੋਂ ਮਹਾਰਾਜ ਹਾਥੀ ਤੇ ਚੜੇ ਹੋਏ ਜਾ ਰਹੇ ਨੇ ਨਾ ਜੀ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ-ਨਾਲ ਹੀ ਹਾਥੀ ਦੇ ਭਾਈ ਸਾਈਂ ਦਾਸ ਜੀ ਤੁਰੇ ਹੋਏ ਜਾ ਰਹੇ ਨੇ ਜੀ ਭਾਈ ਸਾਈਂ ਦਾਸ ਜੀ ਕੌਣ ਹਨ ਭਾਈ ਸਾਈਂ ਦਾਸ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾੰਡੂ ਹਨ ਜੀ ਆਖੋ ਵਾਹਿਗੁਰੂ ਵਾਹਿਗੁਰੂ ਤੇ ਤੁਸੀਂ ਆਪਾਂ ਸਾਰੇ ਸਮਾਜ ਵਿੱਚ ਰਹਿੰਦੇ ਆ ਸਾੰਡੂ ਸਾੰਡੂ ਬਰਾਬਰ ਦਾ ਰਿਸ਼ਤਾ ਹੈਗਾ ਜੀ ਹਾਂਜੀ ਹਾਂ ਸਾੰਡੂ ਛੋਟਾ ਵੱਡਾ ਤੇ ਹੋ ਸਕਦਾ ਪਰ ਹੈ ਬਰਾਬਰ ਦਾ ਰਿਸ਼ਤਾ ਜੀ ਤੇ ਦੇ ਰਿਸ਼ਤੇਦਾਰੀ ਵਿੱਚ ਵੇਖਿਆ ਜਾਵੇ ਤੇ ਭਾਈ ਸਾਈ ਦਾਸ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਸੰਧੂ ਨੇ ਜੀ ਵੱਡੇ ਸੰਧੂ ਨੇ ਉਮਰ ਵਿੱਚ ਵੀ ਵੱਡੇ ਆ ਤੇ ਬੀਬੀ ਰਾਮੋ ਜੀ ਵੱਡੀ ਭੈਣ ਸੀ ਮਾਤਾ ਦਮੋਦਰੀ ਜੀ ਤੋਂ ਜੀ ਭਾਈ ਸਾਈ ਦਾਸ ਜੀ ਪੈਦਲ ਤੁਰੇ ਜਾ ਰਹੇ ਤੇ ਗੁਰੂ ਹਰਗੋਬਿੰਦ ਸਾਹਿਬ ਆਪਣੇ ਸੇਵਕਾਂ ਨੂੰ ਮਾਣ ਦਿੰਦੇ ਜੀ ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ ਚੇਤਾ ਰੱਖਿਓ ਗੁਰੂ ਜੀ ਆਪਣੇ ਪਿਆਰਿਆਂ ਨੂੰ ਬਹੁਤਾ ਮਾਣ ਦਿੰਦੇ ਆ ਬਹੁਤਾ ਮਾਣ ਦਿੰਦੇ ਆ ਸੱਚੇ ਪਾਤਸ਼ਾਹ ਆਪਣੇ ਸੇਵਕਾਂ ਨੂੰ ਮਾਣ ਦੇ ਰਹੇ ਹਨ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸਾਈਂ ਦਾਸ ਜੀ ਨੂੰ ਕਹਿੰਦੇ ਵੀ ਆਓ ਤੁਸੀਂ ਸਾਡੇ ਨਾਲ ਹਾਥੀ ਦੇ ਉੱਤੇ ਬੈਠੋ ਕਹਿਣ ਲੱਗੇ ਆ ਗਏ ਭਾਈ ਸਾਈਂ ਦਾਸ ਜੀ ਕਹਿੰਦੇ ਸੱਚੇ ਪਾਤਸ਼ਾਹ ਤੁਸੀਂ ਹੋ ਬਹੁਤ ਵੱਡੇ ਤੇ ਮੈਂ ਤੇ ਤੁਹਾਡੇ ਸੇਵਾਦਾਰਾਂ ਦਾ ਵੀ ਅੱਗੋਂ ਸੇਵਾਦਾਰ ਹਾਂ ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ ਵੇਖ ਲੋ ਸੰਡੂ ਦਾ ਰਿਸ਼ਤਾ ਹੋਵੇ ਤੇ ਮਨ ਇੰਨੀ ਨਿਮਰਤਾ ਵਿੱਚ ਹੋਵੇ ਇਹ ਭਾਈ ਸਾਈਂ ਦਾਸ ਦੀ ਐਸੇ ਹਨ ਜੀ ਕਹਿੰਦੇ ਮਹਾਰਾਜ ਮੈਂ ਤੇ ਤੁਹਾਡੇ ਸੇਵਾਦਾਰਾਂ ਦਾ ਸੇਵਾਦਾਰ ਆ ਗੁਰੂ ਸਾਹਿਬ ਨੇ ਬਾਹ ਫੜੀ ਬਾਬਾ ਸਾਈਂ ਦਾਸ ਜੀ ਦੀ ਆਪਣੇ ਬਰਾਬਰ ਹੱਥੀ ਦੇ ਉੱਤੇ ਬਿਠਾਇਆ ਜੀ ਆਪਣੇ ਬਰਾਬਰ ਬਿਠਾਇਆ ਫਿਰ ਮਾੜਾ ਦੇ ਸੱਚੇ ਪਾਸ਼ਾ ਅੱਗੇ 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 ਤੁਰੇ ਤੇ ਬਰਾਤ ਜਿਹੜੀ ਹੈ ਜਿਸ ਜਗ੍ਹਾ ਬਰਾਤ ਨੇ ਟਿਕਾਓ ਕਰਨਾ ਨਾ ਜੀ ਬਰਾਤ ਉੱਥੇ ਪਉਂਦੀ ਦੀ ਤੇ ਤੁਸੀਂ ਕਥਾ ਸੁਣੀ ਬਾਬਾ ਰਾਮਾ ਜੀ ਨਗਰ ਦੇ ਮੁਖੀ ਸਿੱਖਾਂ ਨੂੰ ਲੈ ਕੇ ਗੁਰੂ ਆਰ ਗੋਬਿੰਦ ਸਾਹਿਬ ਨੂੰ ਅਗਲਵੰਡੀ ਮਿਲਣ ਵਾਸਤੇ ਗਏ ਜੀ ਜਦੋਂ ਬਾਬਾ ਜੀ ਅਗਲਵੰਡੀ ਮਿਲਣ ਵਾਸਤੇ ਗਏ ਨਾ ਜੀ ਤੇ ਬਾਬਾ ਰਾਮਾ ਜੀ ਮਹਾਰਾਜ ਦੇ ਦਰਸ਼ਨ ਕਰਕੇ ਮਿਲਣੀ ਹੋਣ ਲੱਗੇ ਤੇ ਬਾਬਾ ਰਾਮਾ ਜੀ ਗੁਰੂ ਆਰ ਗੋਬਿੰਦ ਸਾਹਿਬ ਦੇ ਗਲੇ ਨਹੀਂ ਲੱਗੇ ਜੀ ਚਰਨਾ ਤੇ ਹੱਥ ਲਾਇਆ ਜੀ ਸਾਰੇ ਸਿੱਖ ਵੀ ਕਹਿਣ ਵੀ ਤੁਹਾਡੀ ਰਿਸ਼ਤੇਦਾਰੀ ਹੈ ਤੁਸੀਂ ਹੁਣ ਮਹਾਰਾਜ ਦੇ ਕੁੜਮ ਹੋ ਤੇ ਮਹਾਰਾਜ ਦੇ ਗਲੇ ਲੱਗੋ ਮਰਿਆਦਾ ਹੈ ਤੇ ਬਾਬਾ ਰਾਮਾ ਜੀ ਕਹਿੰਦੇ ਠੀਕ ਹੈ ਸਾਡੀ ਰਿਸ਼ਤੇਦਾਰੀ ਕੁੜਮਾਂ ਵਾਲੀ ਹੈ ਪਰ ਇਹ ਵੀ ਸਚਾਈ ਹੈ ਗੁਰੂ ਆਰ ਗੋਬਿੰਦ ਸਾਹਿਬ ਬੜੇ ਵੱਡੇ ਤੇ ਮੈਂ ਬਹੁਤ ਨੀਵਾ ਹਾਂ ਕਹਿੰਦੇ ਮੈਂ ਗੁਰੂ ਜੀ ਦੇ ਕਿਵੇਂ ਗਲੇ ਲੱਗ ਸਕਦਾ ਕਹਿਣ ਲੱਗੇ ਚਰਨਾ ਤੇ ਲਿਪਟ ਗਏ ਗੁਰੂ ਆਰ ਗੋਬਿੰਦ ਸਾਹਿਬ ਨੇ ਆਪ ਮੋਢਿਆਂ ਤੋਂ ਫੜਿਆ ਬਾਬਾ ਰਾਮਾ ਜੀ ਨੂੰ ਆਪਣੇ ਗਲੇ ਲਾਇਆ ਸਾਧ ਸੰਗਤ ਜੀ ਇਹ ਮਾਣ ਦਿੱਤਾ ਬਾਬਾ ਰਾਮਾ ਜੀ ਨੂੰ ਇਥੋਂ ਤੱਕ ਆਪਾਂ ਕਥਾ ਸੁਣੀ ਸੀ ਥੋੜਾ ਜਿਹਾ ਤਾਂ ਜ਼ਿਆਦਾ ਬਚਨ ਕੀਤੇ ਆ ਵਿਸ਼ਲਾ ਬੰਨਣਾ ਜ਼ਿਆਦਾ ਤਾਂ ਦੱਸਿਆ ਕਿਉਂਕਿ 2 ਦਿਨ ਫੇ ਬਾਬਾ ਜੀ ਦੇ ਜਨਮ ਦਿਨ ਕਰਕੇ ਨਾਗਰਿਆ ਹੁਣ ਆਪਾਂ ਅੱਗੋਂ ਕਥਾ ਸਰਵਣ ਕਰੀਏ ਸਾਰੀ ਸੰਗਤ ਪਿਆਰ ਨਾਲ ਕਹੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾ ਧੰਨ ਧੰਨ ਸ੍ਰੀ 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 ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾ ਸਭ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਧੰਨ ਵਰਖਾਤ ਪਹੁੰਚੇ ਜਾਏ ਧੰਨ ਦੀ ਵਰਖਾ ਕਰਦੇ ਹੋਏ ਨਾ ਜੀ ਬਾਬਾ ਵਿਦੀ ਚੰਦ ਜੀ ਧੰਨ ਦੀ ਵਰਖਾ ਕਰ ਰਹੇ ਸੀਗੇ ਜੀ ਬਾਬਾ ਗੁਰਦੀਤਾ ਜੀ ਤਾਂ ਜੀ ਹਾਂ ਜੀ ਧੰਨ ਦੀ ਵਰਖਾ ਕਰਦੇ ਹੋਏ ਅੱਗੇ ਵੱਧਦੇ ਹੋਏ ਜਾ ਰਹੇ ਨੇ ਜੀ ਹਾਂ ਜੀ ਹੇਰਤ ਪੁਰ ਨਰ ਔਰ ਹਰ ਖਾਏ ਤੇ ਨਗਰ ਦੇ ਲੋਕ ਬਹੁਤ ਖੁਸ਼ ਹੋਏ ਜੀ ਪਤਾ ਕਿਉਂ ਜੀ ਜਿੱਥੇ ਬਾਬਾ ਗੁਰਦਿੱਤਾ ਜੀ ਦੇ ਦਰਸ਼ਨ ਹੋ ਰਹੇ ਐ ਭਾਵੇਂ ਵਿਆਹ ਦਾ ਬਹਾਨਾ ਪਰ ਗੁਰੂ ਆਰ ਗੋਬਿੰਦ ਸਾਹਿਬ ਦੇ ਦਰਸ਼ਨ ਤੇ ਹੋ ਰਹੇ ਨੇ ਨਾ ਸਾਰਿਆਂ ਦਾ ਸੰਗਤਾਂ ਬੜੀਆਂ ਖੁਸ਼ ਨੇ ਸਾਰਿਆਂ ਹਾਂਜੀ ਸ੍ਰੀ ਗੁਰਦਿੱਤਾ ਦਵਾਰ ਖਰਵਾ ਤੇ ਕਰਦਿਆਂ ਕਰਦਿਆਂ ਬਾਬਾ ਜੀ ਬਾਬਾ ਗੁਰਦਿੱਤਾ ਜੀ ਬਾਬਾ ਰਾਮਾ ਜੀ ਦੇ ਦਰਵਾਜ਼ੇ ਅੱਗੇ ਖਲੋਤੇ ਦੀ ਜਿੱਥੇ ਬਰਾਤ ਦਾ ਟਿਕਾਓ ਹੋਣਾ ਸੀਗਾ ਜੀ ਹਾਂਜੀ ਸਾਜ ਆਰਤੀ ਸਭ ਪ੍ਰੇਯ ਜੋਵਾ ਤੇ ਉਸ ਸਮੇਂ ਦੂਲੇ ਦੀ ਆਰਤੀ ਕਰਦੇ ਹੁੰਦੇ ਸੀਗੇ ਜੀ ਲਾੜੇ ਦੀ ਆਰਤੀ ਕਰਦੇ ਹੁੰਦੇ ਸੀਗੇ ਜੀ ਸੋ ਉਹ ਆਰਤੀ ਕੀਤੀ ਗਈ ਧੀ ਉਹਨਾਂ ਦੀ ਹਾਂਜੀ ਦੂਲੋ ਕਰਹਿ ਸراہਨ ਸਾਰੀ ਤੇ ਆਰਤੀ ਬੀਬੀਆਂ ਕਰਦੀਆਂ ਸਨ ਜੀ ਹਾਂਜੀ ਤੇ ਅੱਜ ਕੱਲ ਦਾ ਸਮਾਂ ਨਹੀਂ ਵੀ ਪਹਿਲਾਂ ਹੀ ਸਭ ਕੁਝ ਵੇਖਿਆ ਹੋਵੇ ਦੀ ਬੀਬੀਆਂ ਨੇ ਪਹਿਲੀ ਵਾਰੀ ਬਾਬਾ ਗੁਰਦਿੱਤਾ ਜੀ ਨੂੰ ਵੇਖਿਆ ਜੀ ਹਾਂਜੀ ਉਹ ਬਹੁਤ ਖੁਸ਼ ਹੋਈਆਂ ਸਾਰੀਆਂ ਜੈਸੇ ਗੁਰੂ ਹਰਗੋਬਿੰਦ ਸਾਹਿਬ ਹਨ ਵੈਸਾ ਹੀ ਸਰੂਪ ਬਾਬਾ ਗੁਰਦਿੱਤਾ ਜੀ ਦਾ ਹੈ ਜੀ ਹਾਂਜੀ ਹੇ ਅਲ ਜਮ ਰਾਮੇ ਸੁ ਕੁਮਾਰੀ ਤੇ ਸਾਰੀਆਂ ਬੀਬੀਆਂ ਕਹਿੰਦੀਆਂ ਵੀ ਕਮਾਲ ਹੈ ਬਾਬੇ RAME ਦੀ ਧੀ ਦੇ ਭਾਗ ਚੰਗੇ ਨੇ ਹਾਂਜੀ ਤਸਪਤ ਮਿਲਿਓ ਜੇ ਉਹ ਜੁਗ ਚਾਰੀ ਐਸਾ ਪਤੀ ਮਿਲਿਆ ਰਬ ਮਿਹਰ ਕਰੇ ਇਹ ਜੋੜੀ ਚਾਰ ਜੁਗ ਬਣੀ ਰਵੇ ਜੀ ਚਾਰ ਜੁਗ ਬਣੀ ਰਵੇ ਚੰਗੇ ਬੋਲ ਬੋਲਣੇ ਚਾਹੀਦੇ ਐਸਾ ਸੰਗਤ ਜੀ ਹਾਂਜੀ ਇਹ ਜੋਰੀ ਵਿਦ ਅਧਿਕ ਸੁਧਾਰੀ ਹਾਂਜੀ ਲੋਕਿਕ વૈਦਿਕ ਰੀਤ ਭਲੇਰੀ ਹਾਂਜੀ ਕਰ ਸਭ ਹਟੇ ਪਾਛ ਤਿਸ 베ਰੀ ਤੇ ਜੋ ਲੋਕਕ ਰੀਤ ਸੀਗੀ ਦੀ ਉਸ ਸਮੇਂ ਦੀ ਮਰਿਆਦਾ ਸੀ ਉਹ ਸਾਰੀ ਕੀਤੀ ਗਈ ਜੀ ਹਾਂਜੀ ਡੇਰਾ ਕਰਵਾਇਸ ਸ਼ੁਭ ਥਾਨ ਬਹੁਤ ਖੁੱਲੀ ਡੁੱਲੀ ਜਗ੍ਹਾ ਦੇ ਉੱਤੇ ਬਰਾਤ ਦਾ ਪੜਾ ਕੀਤਾ ਗਿਆ ਜੀ ਬਰਾਤ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਜੀ ਉਦੋਂ ਬਹੁਤ ਖੁੱਲੀਆਂ ਥਾਵਾਂ ਐਵੇਂ ਪਈਆਂ ਹੁੰਦੀਆਂ ਸੀਗੀਆਂ ਜੀ ਹਾਂਜੀ ਜਿੱਦਾਂ ਤੇ ਲੋਕਾਂ ਦੀ ਮਾਲਕੀ ਹੁੰਦੀ ਸੀਗੀ ਤੇ ਸਾਧ ਸੰਗਤ ਦੀ ਉਹ ਥਾਂ ਤੇ ਵਰਤੋਂ ਹੁੰਦੀ ਸੀਗੀ ਜੀ ਅੱਜ ਕੱਲ ਵੱਡੇ ਵੱਡੇ ਪੈਲਸ ਬਣੇ ਜੀ ਇਸ ਕੰਮ ਲਈ ਜੀ ਹਾਂਜੀ ਉਤਰ ਪਰੇ ਸਗਰੇ ਤਜ ਜਾਨ ਸੋ ਉਸ ਜਗ੍ਹਾ ਦੇ ਉੱਤੇ ਫਿਰ ਸਾਰੇ ਆਪਣੇ ਘੋੜਿਆਂ ਤੋਂ ਰੱਥਾਂ ਤੋਂ ਉਤਰ ਗਏ ਜੀ ਹਾਂਜੀ ਤਤਛਨ ਰਾਮੇ ਪਠੇ ਬੁਲਾਏ ਪ੍ਰਥਮ ਤੁਰਤ ਲਹਿ ਭੋਜਨ ਖਾਏ ਫਿਰ ਭਾਈ ਰਾਮਾ ਜੀ ਨੇ ਗੁਰੂ ਸਾਹਿਬ ਜੀ ਨੂੰ ਸਦਾ ਭੇਦਿਆ ਵੀ ਸੱਚੇ ਪਾਤਸ਼ਾਹ ਬੇਨਤੀ ਐ ਪਹਿਲਾਂ ਪ੍ਰਸ਼ਾਦਾ ਛਕੋ ਮਹਾਰਾਜ ਪ੍ਰਸ਼ਾਦਾ ਛਕੋ ਸੱਚੇ ਪਾਤਸ਼ਾਹ ਲਾਵਾ ਦਾ ਸਮਾਂ ਬਾਅਦ ਛੋਏਗਾ ਹਾਂਜੀ ਬਹਰ ਸਮਾਂ ਫੇਰਣ ਕੋ ਹੋਏ ਲਾਵਾ ਫਿਰ ਬਾਅਦ ਛੋ ਕਰਾਂਗੇ ਪਹਿਲਾਂ ਸੱਚੇ ਪਾਤਸ਼ਾਹ ਪ੍ਰਸ਼ਾਦਾ ਪਾਣੀ ਛਕੀਏ ਹਾਂਜੀ ਇਹ ਸੁਣ ਹਰਖ ਉਠੇ ਸਭ ਕੋਏ ਇਹ ਸੁਣ ਕੇ ਸਾਰੇ ਬੜੇ ਖੁਸ਼ ਹੋਏ ਜੀ ਪਤਾ ਕਿਉਂ ਜੀ ਉਹ ਸਵੇਰ ਦੇ ਤੁਰੇ ਹੀ ਤੇ ਪ੍ਰਸ਼ਾਦਾ ਨਹੀਂ ਛਕਿਆ ਜੀ ਤੇ ਲੱਡੂ ਪੇੜੇ ਤੇ ਭਾਵੇਂ ਬੜੇ ਖਾਦੇ ਸੀਗੇ ਪਰ ਪ੍ਰਸ਼ਾਦਾ ਤੇ ਪ੍ਰਸ਼ਾਦਾ ਹੀ ਹੈ ਨਾ ਜੀ ਹਾਂਜੀ ਬਾਜ ਪਰੇ ਸਭ ਹੀ ਤਬ ਬਾਜੇ ਤੇ ਜਿੱਥੇ ਪ੍ਰਸ਼ਾਦਾ ਛਕਣਾ ਸੀ ਉਹ ਜਗ੍ਹਾ ਵੱਖਰੀ ਸੀਗੀ ਜੀ ਹੁਣ ਮਹਾਰਾਜ ਉਸ ਜਗ੍ਹਾ ਵਾਲੇ ਪਾਸੇ ਚੱਲੇ ਆ ਤੇ ਸਾਰੇ ਵਾਜੇ ਜਿਹੜੇ ਹੀ ਉਹ ਵੱਜਣ ਲੱਗ ਪਏ ਸ਼ਹਿਨਾਈਆਂ ਵੱਜਣ ਲੱਗ ਪਈਆਂ ਜੀ ਹਾਂਜੀ ਚਲੇ ਬਰਾਤੀ ਗੁਰਜੁੱਤ ਸਾਜੇ ਬਾਬਾ ਗੁਰਦਿੱਤਾ ਜੀ ਨੂੰ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਰੇ ਬਰਾਤੀਆਂ ਦੇ ਨਾਲ ਅੱਗੇ ਵੱਧ ਰਹੇ ਆ ਜੀ ਹਾਂਜੀ ਆਤਿਸ਼ਬਾਜੀ ਛੂਟਣ ਲੱਗੀ ਆਖੋ ਵਾਹਿਗੁਰੂ ਵਾਹਿਗੁਰੂ ਕਈ ਕਹਿੰਦੇ ਉਦੋਂ ਆਤਿਸ਼ਬਾਜੀ ਨਹੀਂ ਸੀ ਹੁੰਦੀ ਆਤਿਸ਼ਬਾਜੀ ਵੀ ਹੁੰਦੀ ਸੀਗੀ ਜੀ ਉਦਾਂ ਜੀ ਹਾਂਜੀ ਹਵਾਈਆਂ ਵੀ ਹੁੰਦੀਆਂ ਸੀਗੀਆਂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਵਿੱਚ ਵੀ ਹਵਾਈਆਂ ਦਾ ਜ਼ਿਕਰ ਆਇਆ ਜੀ ਹਾਂਜੀ ਹਵਾਈ ਦਾ ਜ਼ਿਕਰ ਆਉਂਦਾ ਜੀ ਬਾਣੀ ਦੇ ਵਿੱਚ ਦੀ ਆਤਿਸ਼ਬਾਜੀ ਉਦੋਂ ਵੀ ਹੁੰਦੀ ਸੀਗੀ ਜੀ ਸੋ ਮਹਾਰਾਜ ਜੀ ਦੇ ਅੱਗੇ ਨਾ ਆਤਿਸ਼ਬਾਜੀ ਚਲਾਉਂਦਾ ਜੀ ਪਿਆਰ ਵਾਲੇ ਹਾਂਜੀ ਦੇਖਤ ਪੁਰਨਰ ਤ੍ਰੇਯ ਅਨੁਰਾਗੀ ਨਗਰ ਦੇ ਲੋਕ ਬਟਾਲੇ ਦੇ ਲੋਕ ਬਹੁਤ ਹੀ ਖੁਸ਼ ਨੇ ਜੀ ਬੜੇ ਚਾਅ ਵਿੱਚ ਨੇ ਜੀ ਹਾਂਜੀ ਗਨ ਫੁੱਲ ਝਰੀ ਮਤਾਬੀ ਬ੍ਰਿੰਦ ਸੋ ਕਈ ਤਰ੍ਹਾਂ ਨਾਲ ਸਾਧ ਸੰਗਤ ਦੀ ਉਹ ਆਤਿਸ਼ਬਾਦੀ ਚੱਲ ਰਹੀ ਹੈ ਗੁਰੂ ਸਾਹਿਬ ਅੱਗੇ ਅੱਗੇ ਚੱਲ ਰਹੇ ਹੈ ਹਾਂਜੀ ਸਤਗੁਰ ਦੇਖਤ ਚਲਹਿ ਤਮਾਸ਼ਾ ਮਹਾਰਾਜ ਗਰੀਬ ਨਿਵਾਜੀ ਦੇ ਅੱਗੇ ਅੱਗੇ ਆਤਿਸ਼ਬਾਦੀ ਚੱਲ ਰਹੀ ਹੈ ਸਾਰੇ ਬੜੇ ਖੁਸ਼ ਨੇ ਗੁਰੂ ਹਰਗੋਬਿੰਦ ਸਾਹਿਬ ਸਹਜੇ ਸਹਜੇ ਤਰਦਾਇਆ ਤੇ ਸਾਰੀਆਂ ਸੰਗਤਾਂ ਵੱਲ ਦ੍ਰਿਸ਼ਟੀ ਪਾ ਰਹੇ ਨੇ ਜੀ ਬਟਾਲੇ ਦੇ ਲੋਕਾਂ ਤੇ ਦ੍ਰਿਸ਼ਟੀ ਪਾ ਰਹੇ ਆ। ਹਾਂਜੀ। ਪਹੁੰਚੇ RAME ਜਾਏ ਆਵਾਸਾ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਤੇ ਜਿੱਥੇ ਬਾਬਾ ਰਾਮਾ ਜੀ ਦਾ ਘਰ ਸੀ ਨਾ ਜੀ ਘਰ ਕਿਉਂ ਜੰਜਕਰ ਵੱਖਰਾ ਸੀ ਤੇ ਘਰ ਵੱਖਰਾ ਸੀ। ਜਿੱਥੇ ਘਰ ਸੀ ਉੱਥੇ ਸਤਿਗੁਰੂ ਜੀ ਨੂੰ ਪ੍ਰਸ਼ਾਦਾ ਸ਼ਕਾਇਆ ਜਾਣਾ ਹੈ ਗਾ ਜੀ। ਹਾਂਜੀ। ਚੰਦਨ ਕੀ ਚੌਂਕੀ ਰਚ ਚਾਰ। ਹਾਂਜੀ। ਅਨਕ ਰੀਤ ਕੇ ਫਰਸ਼ ਸੁਧਾਰ ਇਹੋ ਜੀ ਗੱਲ ਨਹੀਂ ਸੀ ਕਿ ਬਾਬਾ ਰਾਮਾ ਜੀ ਗਰੀਬ ਸਨ ਜੀ ਚੰਦਨ ਦੀ ਚੌਂਕੀ ਵਿਛਾਈ ਗਈ ਦੀ ਮਹਾਰਾਜ ਵਾਸਤੇ ਚੰਦਨ ਦੀ ਚੌਂਕੀ ਤੇ ਆਸਣ ਲਾਇਆ ਗਿਆ ਬੜੇ ਬੜੇ ਸੋਹਣੇ ਗੁਰਸਿੱਖਾਂ ਦੇ ਬੈਠਣ ਵਾਸਤੇ ਗਲੀਚੇ ਵਿਛਾਏ ਗਏ ਜੀ ਹਾਂਜੀ ਤਿਸ ਪਰ ਗੁਰੂ ਬਿਠਾਵਨ ਕਰੇ ਫਿਰ ਚੰਦਨ ਦੀ ਚੌਂਕੀ ਉੱਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਿਠਾਇਆ ਗਿਆ ਸੱਚੇ ਪਾਤਸ਼ਾਹ ਜੀ ਇੱਥੇ ਬਿਠੋ ਹਾਂਜੀ ਬੈਠ ਬਰਾਤ ਪੰਕਤੀ ਧਰੇ ਗੁਰੂ ਸਾਹਿਬ ਵੀ ਬੈਠ ਗਏ ਤੇ ਬਰਾਤ ਵਿੱਚ ਆਏ ਹੋਏ ਮੁਖੀ ਸਿੱਖ ਜਿਹੜੇ ਬਾਬਾ ਬੁੱਢਾ ਜੀ ਜੈਸੇ ਸਾਰੇ ਪੰਗਤਾਂ ਵਿੱਚ ਬੈਠ ਗਏ ਜੀ ਹਾਂਜੀ ਥਾਰ ਪਰੋਸੇ ਸੱਤ ਪਕਵਾਨ ਤੇ ਉਸ ਦਿਨ ਵੀ ਜ਼ਿਕਰ ਕੀਤਾ ਸੀ ਥਾਲ ਅੱਗੇ ਰੱਖੇ ਤੇ ਸੱਤ ਤਰ੍ਹਾਂ ਦਾ ਭੋਜਨ ਜਿਹੜਾ ਸੀ ਉਹਨਾਂ ਥਾਲੀਆਂ ਵਿੱਚ ਪਾਇਆ ਗਿਆ ਜੀ ਹਾਂਜੀ ਸੱਤ ਤਰ੍ਹਾਂ ਦਾ ਪ੍ਰਸ਼ਾਦਾ ਜੀ ਹਾਂਜੀ ਮੋਦਕ ਸਵਾਦ ਜਲੇਬ ਮਹਾਨ ਮਿੱਠੇ ਵਿੱਚ ਕੀ ਸੀਗਾ ਜੀ ਹਾਂਜੀ ਮੋਦਕ ਮੋਦਕ ਕਿਹਨੂੰ ਕਹਿੰਦੇ ਪਹਿਲਾਂ ਹਾਂਜੀ ਲੱਡੂਆਂ ਨੂੰ ਬੜੀ ਕਥਾ ਸੁਣੀ ਐ ਇਹਨਾਂ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਜੀ ਮੋਦਕ ਨਾਮ ਲੱਡੂਆਂ ਦਾ ਜੀ ਹਾਂਜੀ ਮੋਦਕ ਸਵਾਦ ਜਲੇਬ ਮਹਾਨ ਤੇ ਜਲੇਬ ਜਲੇਬ ਹੀ ਗੰਦੀ ਹਾਂਜੀ ਮਹਾਰਾਜ ਸੱਤੇ ਪਾਸ਼ਾ ਦੀ ਅੱਗੇ ਥਾਲਾ ਪਰੋਸਿਆ ਗਿਆ ਉਰੇ ਵੇਤੇ ਦਿੱਥੇ ਸਬਜ਼ੀਆਂ ਚੌਲ ਪ੍ਰਸ਼ਾਦ ਖੀਰਾਂ ਕੜਾ ਰੱਖਿਆ ਉਥੇ ਲੱਡੂ ਵੀ ਰੱਖੇ ਤੇ ਜਲੇਬੀਆਂ ਵੀ ਰੱਖੀਆਂ ਜੀ ਹਾਂਜੀ ਮੇਵੇ ਬ੍ਰਿੰਦ ਅਮੇਜ ਘਰੇ ਹੈ ਅਗਰ ਸਬਨ ਕੇ ਆਨ ਤਰੇ ਹੈ ਤੇ ਲੱਡੂਆਂ ਦੇ ਵਿੱਚ ਮੇਵੇ ਪਾਏ ਗਏ ਜੀ ਬੜੇ ਸੁਆਦ ਲੱਡੂ ਜੀ ਤੇ ਮੈਂ ਬੜੀ ਵਾਰੀ ਤੁਹਾਨੂੰ ਬੇਨਤੀ ਕੀਤੀ ਵੀ ਉਹ ਲੱਡੂ ਵੀ ਵੱਡੇ ਵੱਡੇ ਹੁੰਦੇ ਹੈਗੇ ਜੀ ਹਾਂ ਲੱਡੀਆਂ ਲੜੀਆਂ ਹੁਣ ਮਿਲਦੀਆਂ ਇਹ ਨਹੀਂ ਜੀ ਵਟੇ ਵਟੇ ਲੱਡੂ ਮਹਾਰਾਜ ਜੀ ਦੇ ਥਾਲ ਚ ਰੱਖੇ ਬਰਾਤੀਆਂ ਨੂੰ ਸ਼ਿਕਾਏ ਦੀ ਹੋਵੇ ਵੀ ਕਿਉਂ ਨਾ ਜੀ ਗੁਰੂ ਆਰ ਗੋਬਿੰਦ ਸਾਹਿਬ ਤੇ ਪੁੱਤ ਦਾ ਵਿਆਹ ਹੈ ਜੀ ਹਾਂਜੀ ਰੁੱਝ ਸੋ ਖਾਵਨ ਲੱਗੇ ਆਹਾਰਾ ਮਹਾਰਾਜ ਫਿਰ ਬੜੀ ਰੁਚੀ ਦੇ ਨਾਲ ਬੜੇ ਸ਼ੌਂਕ ਦੇ ਨਾਲ ਪ੍ਰਸ਼ਾਦਾ ਛਕਣ ਲੱਗੇ ਜੀ ਹਾਂਜੀ ਪ੍ਰਸ਼ਾਦਾ ਬਣਿਆ ਹੀ ਇੰਨਾ ਵਧੀਆ ਜੀ ਫਿਰ ਹਰ ਇੱਕ ਬੰਦਾ ਖੁਸ਼ ਹੋ ਕੇ ਖਾਂਦਾ ਜੀ ਹਾਂਜੀ ਮਨ ਭਾਵਤ ਦਿਨ ਸਵਾਦ ਉਦਾਰਾ ਕਹਿੰਦੇ ਸਾਰਿਆਂ ਦੇ ਮਨ ਨੂੰ ਸਵਾਦ ਬੜਾ ਚੰਗਾ ਲੱਗਾ ਜੀ ਭਾਵ ਭੋਜਨ ਬੜਾ ਸਵਾਦ ਬਹੁਤ ਚੰਗਾ ਭੋਜਨ ਬਣਿਆ ਜੀ ਵੇਖੋ ਨਾ ਜੀ ਮੁੱਖ ਗੱਲ ਤੇ ਇੰਨੇ ਲੋਕ ਜਿਹੜੇ ਆ ਇਹ ਗੱਲ ਤੇ ਖਾਣ ਪੀਣ ਦੀ ਹੁੰਦੀ ਹੈ ਜੀ ਹਾਂਜੀ ਤੇ ਖਾਣ ਪੀਣ ਵਧੀਆ ਹੋਵੇ ਸਾਰਿਆਂ ਦੀ ਖੁਸ਼ੀ ਮਿਲਦੀ ਹੈ ਜੀ ਹਾਂਜੀ ਮਿਲੀ ਆਏ ਗਨ ਪੰਕਜ ਨੈਣੀ ਸੋ ਮਹਾਰਾਜ ਗਰੀਬ ਨਵਾਜ਼ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੜੇ ਹੀ ਪਿਆਰ ਦੇ ਨਾਲ ਪ੍ਰਸ਼ਾਦਾ ਛਕਿਆ ਜੀ ਬਾਬਾ ਗੁਰਦਿੱਤਾ ਜੀ ਨੇ ਪ੍ਰਸ਼ਾਦਾ ਛਕਿਆ ਬੜੇ ਆਨੰਦ ਦੇ ਨਾਲ ਸਹਿਜੇ ਸਹਿਜੇ ਪ੍ਰੇਮ ਨਾਲ ਪ੍ਰਸ਼ਾਦਾ ਛਕਿਆ ਜੀ ਹਾਂਜੀ ਆਨੰਦਤ ਨਰਬ੍ਰਿੰਦ ਭਰਾਤ ਤੇ ਜਿੰਨੇ ਲੋਕ ਸੀ ਨਾ ਬਰਾਤੀ ਸਾਰੇ ਬੜੇ ਆਨੰਦਤ ਹੋਏ ਬੀਬੀਆਂ ਨਹੀਂ ਸੀ ਗਈਆਂ ਭਰਾਤ ਵਿੱਚ ਜੀ ਉਦੋਂ ਬੇਬੀਆਂ ਨਹੀਂ ਸੀ ਜਾਂਦੀਆਂ ਹੁੰਦੀਆਂ ਹਾਂਜੀ ਬੇਬੀਆਂ ਗੁਸਾ ਨਾ ਕਰਿਓ ਹਾਂਜੀ ਉਦੋਂ ਲੋਕੀ ਨਾਂ ਨਹੀਂ ਦੇਂਦੇ ਹੁੰਦੇ ਜੀ ਤੇ ਪੁਰਸ਼ ਹੀ ਜਾਂਦੇ ਹੁੰਦੇ ਸੀਗੇ ਜੀ ਸਾਰੇ ਬੜੇ ਖੁਸ਼ ਹੋਏ ਜੀ ਬਾਬਾ ਰਾਮਾ ਜੀ ਨੇ ਪ੍ਰਸ਼ਾਦਾ ਪਾਣੀ ਇੰਨਾ ਵਧੀਆ ਛਕਾਇਆ ਚੇਤਾ ਰੱਖਿਓ ਗੱਲ ਤੇ ਵਿਚਲੀ ਭਾਵਨਾ ਦੀ ਹੁੰਦੀ ਸੰਗਤ ਜੀ ਵਿਚ ਭਾਵਨਾ ਕਿਹੋ ਜਿਹੀ ਹੈ ਛਕਾਉਣ ਲੱਗਿਆਂ ਜੀ ਹਾਂਜੀ ਭੋਜਨ ਅਚਵ ਉਠੇ ਇਸ ਭਾਂਤ ਰੱਜ ਕੇ ਭੋਜਨ ਸ਼ਕਿਆ ਜੀ ਰੱਜ ਕੇ ਸ਼ਕਿਆ ਜੀ ਹਾਂਜੀ ਤੇ ਫਿਰ ਸਾਰੇ ਉਠੇ ਜੀ ਹਾਂਜੀ ਪਾਏ ਝੂਠ ਮੈਂ ਤਨ ਗਨ ਜਤਬੈ ਹਾਂਜੀ ਰੀਤ ਅਪਰ ਜੇਤਿਕ ਕਰ ਸਬੈ ਉਦੋਂ ਦੀ ਇੱਕ ਹੋਰ ਰੀਤੀ ਸੀਗੀ ਜੀ ਉਹ ਪਤਾ ਕੀ ਜੀ ਕਿ ਜਿਹੜੇ ਮੇਨ ਮੇਨ ਪੁਰਸ਼ ਸੰਜੇ ਮੈਂ ਗੁਰੂ ਹਰਗੋਬਿੰਦ ਸਾਹਿਬ ਹਾਂਜੀ ਉਹ ਪ੍ਰਸ਼ਾਦੇ ਦਾ ਥਾਲ ਖਾਲੀ ਕਰਕੇ ਥਾਲ ਖਾਲੀ ਨਹੀਂ ਸੀ ਤੋੜਦੇ ਹੁੰਦੇ ਵਿੱਚ ਮਾਇਆ ਰੱਖਦੇ ਹੁੰਦੇ ਹੈਗੇ ਜੀ ਹਾਂਜੀ ਸੋ ਮਹਾਰਾਜੀ ਨੇ ਵਿੱਚ ਮਾਇਆ ਰੱਖੀ ਜੀ ਇਹ ਵੀ ਮਰਿਆਦਾ ਕੀਤੀ ਜੀ ਹਾਂਜੀ ਬਾਦਿਤ ਬਜਤ ਆਏ ਨਿਜ ਡੇਰੇ ਫਿਰ ਸਾਥ ਸੰਗਤ ਦੀ ਬਾਜੇ ਵੱਜਣ ਲੱਗ ਪਏ ਤੇ ਬਾਜੇ ਵੱਜਦੇ ਆ ਵੱਜਦੇ ਆ ਗੁਰੂ ਸਾਹਿਬ ਆਪਣੇ ਡੇਰੇ ਤੇ ਆ ਗਏ ਜਿੱਥੇ ਬਰਾਤ ਦਾ ਪੜਾਅ ਆਇਆ ਜੀ ਹਾਂਜੀ ਬੈਠੇ ਸਤਿਗੁਰੂ ਸ਼ੁਭਤ ਬਡੇਰੇ ਤੇ ਸੱਚੇ ਪਾਤਸ਼ਾਹ ਗਰੀਬ ਨਿਵਾਜ਼ ਆ ਕੇ ਆਪਣੇ ਆਸਣ ਤੇ ਬੈਠ ਗਏ ਗੁਰੂ ਜੀ ਬੈਠੇ ਬਹੁਤੇ ਫੱਬਦੇ ਆ ਜੀ ਹਾਂਜੀ ਅਲਪ ਸਮੇ ਮਹਿ ਬਹੁ ਰਹਕਾਰੇ ਹਾਂਜੀ ਫੇਰੇ ਲੈਨ ਚਲੋ ਉਹੇ ਤਿਆਰੇ ਕੁਝ ਸਮਾ ਪਾਇਆ ਗਿਆ ਜੀ ਤੇ ਫਿਰ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਜੀ ਫੇਰੇ ਲੈਨ ਚਲੋ ਹੋਏ ਤਿਆਰੇ ਸੱਚੇ ਪਾਤਸ਼ਾਹ ਕਿਰਪਾ ਕਰੋ ਤੇ ਲਾਵਾ ਦਾ ਸਮਾ ਹੋ ਗਿਆ ਕਿਰਪਾ ਕਰੋ ਮਾਰਾ ਲਾਵਾ ਦਾ ਸਮਾ ਹੋ ਗਿਆ ਹਾਂਜੀ ਬਾਦਤ ਬਾਜੇ ਬਹੁਰ ਵਿਸਾਲੇ ਤੇ ਫਿਰ ਵਾਜੇ ਵੱਜੇ ਦੀ ਇਧਰੋਂ ਉੱਤਰ ਜਾਣਾ ਬੈਂਡ ਵਾਜੇ ਜ਼ਰੂਰ ਵੱਜਦੇ ਹੁੰਦੇ ਹੈਗੇ ਜੀ ਹਾਂਜੀ ਲੇ ਪ੍ਰਧਾਨ ਨਰਨ ਗੁਰ ਚਾਲੇ ਪ੍ਰਮੁੱਖ ਸਿੱਖਾਂ ਨੂੰ ਲੈ ਕੇ ਸੱਚੇ ਪਾਤਸ਼ਾਹ ਗਰੀਬ ਨਵਾਜ਼ੀ ਉਸ ਪਾਸੇ ਨੂੰ ਧੁਰ ਪਏ ਜੀ ਹਾਂਜੀ ਸ਼੍ਰੀ ਗੁਰਦਿੱਤਾ ਕੀਨ ਅਗਾਰੀ ਤੇ ਧਨ ਤਨ ਬਾਬਾ ਜੀ ਬਾਬਾ ਗੁਰਦਿੱਤਾ ਜੀ ਨੂੰ ਅੱਗੇ ਕੀਤਾ ਸੱਚੇ ਪਾਤਸ਼ਾਹ ਨੇ ਮਾਰਾ ਕਹਿੰਦੇ ਚਲੋ ਲਾਵਾਂ ਤਾਂ ਤੁਹਾਨੂੰ ਆਣੀਆਂ ਨੇ ਨਾ ਬਾਬਾ ਗੁਰਦਿੱਤਾ ਜੀ ਇੰਨੇ ਜ਼ਿਆਦਾ ਸਤਕਾਰ ਕਰਦੇ ਸੀ ਗੁਰੂ ਹਰਗੋਬਿੰਦ ਸਾਹਿਬ ਦਾ ਵਿਆਹ ਬਾਬਾ ਗੁਰਦਿੱਤਾ ਜੀ ਦਾ ਜੀ ਪਰ ਬਾਬਾ ਗੁਰਦਿੱਤਾ ਜੀ ਅੱਗੇ ਗੁਰੂ ਹਰਗੋਬਿੰਦ ਸਾਹਿਬ ਨੂੰ ਰੱਖ ਰਹੇਗੇ ਜੀ ਆਦਤ ਸੀ ਕਿ ਜੀ ਵੀ ਸੱਚੇ ਪਾਤਸ਼ਾਹ ਅੱਗੇ ਚੱਲਣਗੇ ਮਾਰ ਰਣ ਬਾਬਾ ਗੁਰਦਿੱਤਾ ਜੀ ਨੂੰ ਕਹਿੰਦੇ ਬਾਬਾ ਜੀ ਹੁਣ ਤੁਸੀਂ ਅੱਗੇ ਲੱਗਣਾ ਕਹਿੰਦੇ ਹਾਂਜੀ ਜਾਏ ਪ੍ਰਵੇਸ਼ੇ ਸਦਨ ਮਝਾਰੀ ਤੇ ਜਿੱਥੇ ਫਿਰ ਪ੍ਰਬੰਧ ਕੀਤਾ ਗਿਆ ਸੀ ਲਾਵਾਂ ਦਾ ਸਾਧ ਸੰਗਤ ਦੀ ਉਥੇ ਜਾ ਕੇ ਪ੍ਰਵੇਸ਼ ਹੋਏ ਤੇ ਜਿਵੇਂ ਲਾਵਾਂ ਦੀ ਜੋ ਮਹਾਰਾਜ ਨੇ ਮਰਿਆਦਾ ਦਸੀ ਚਾਰ ਲਾਵਾਂ ਹੋਈਆਂ ਜੀ ਫਿਰਦੀ ਬਾਬਾ ਗੁਰਦਿੱਤਾ ਜੀ ਤੇ ਮਾਤਾ ਅਨੰਤੀ ਜੀ ਦੀਆਂ ਜੀ ਚੇਤਾ ਰੱਖਿਓ ਇਹ ਜੋੜੀ ਆਮ ਜੋੜੀ ਨਹੀਂ ਹੈ ਇਹ ਗੁਰੂ ਹਰ राय ਸਾਹਿਬ ਜੀ ਦੇ ਮਾਤਾ ਪਿਤਾ ਜੀ ਦਾ ਵਿਆਹ ਹੈ ਜੀ ਸਤਵੇਂ ਪਾਤਸ਼ਾਹ ਗੁਰੂ ਹਰ राय ਸਾਹਿਬ ਜੀ ਦੇ ਮਾਤਾ ਪਿਤਾ ਹਨ ਜੀ ਇਹ ਜੀ ਹਾਂਜੀ ਤੇ ਮਹਾਰਾਜ ਗੁਰੂ ਆਦ ਗੋਬਿੰਦ ਸਾਹਿਬ ਤਾਂ ਬਾਬਾ ਗੁਰਦਿੱਤਾ ਜੀ ਨੂੰ ਕਹਿੰਦੇ ਹੀ ਬਾਬਾ ਗੁਰਦਿੱਤਾ ਸਨ ਕਿਉਂ ਕਿਉਂਕਿ ਇਹ ਗੁਰੂ ਜੀ ਦੇ ਪਿਤਾ ਜੀ ਹਨ ਜੀ ਗੁਰੂ ਹਰ राय ਸਾਹਿਬ ਜੀ ਦੇ ਪਿਤਾ ਜੀ ਹਨ ਜੀ ਵੇਖੋ ਬਾਬਾ ਗੁਰਦਿੱਤਾ ਜੀ ਛੋਟੀ ਹਸਤੀ ਨਹੀਂ ਹਨ ਸਾਧ ਸੰਗਤ ਜੀ ਬਾਬਾ ਗੁਰਦਿੱਤਾ ਜੀ ਦੇ ਪਿਤਾ ਜੀ ਵੀ ਗੁਰੂ ਗੁਰੂਵਾਰ ਗੋਬਿੰਦ ਸਾਹਿਬ ਤੇ ਬਾਬਾ ਗੁਰਦਿੱਤਾ ਜੀ ਦੇ ਦਾਦਾ ਜੀ ਵੀ ਗੁਰੂ ਗੁਰੂ ਅਰਜਨ ਦੇਵ ਸਾਹਿਬ ਤੇ ਬਾਬਾ ਗੁਰਦਿੱਤਾ ਜੀ ਦੇ ਪਰਦਾਦਾ ਜੀ ਵੀ ਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਹਾਂਜੀ ਗੁਰੂ ਰਾਮਦਾਸ ਸਾਹਿਬ ਜੀ ਦੇ ਪੜਪੋਤਰੇ ਨੇ ਬਾਬਾ ਗੁਰਦਿੱਤਾ ਸਾਹਿਬ ਜੀ ਅੱਗੋ ਬਾਬਾ ਗੁਰਦਿੱਤਾ ਜੀ ਦੇ ਸਾਧ ਸੰਗਤ ਦੀ ਪੁੱਤਰ ਜੀ ਵੀ ਗੁਰੂ ਹੀ ਬਣੇ ਜੀ ਫਿਰ ਜੀ ਕਿੰਨਾ ਵਧੀਆ ਜੀਵਨ ਜੀ ਬਾਬਾ ਜੀ ਦਾ ਤੇ ਇੱਕ ਗੱਲ ਤੇ ਸੰਗਤਾਂ ਵਿੱਚ ਪ੍ਰਚਲਿਤ ਹੈ ਧੰਨ ਬਾਬਾ ਗੁਰਦਿੱਤਾ ਜੀ ਦੇਨ ਦੁਨੇਂਦਾ ਟਿੱਕਾ ਜੀ ਜੋ ਵਰ ਮੰਗਿਆ ਸੋ ਵਰ ਦਿੱਤਾ ਜੀ ਸੋ ਬਾਬਾ ਗੁਰਦਿੱਤਾ ਜੀ ਦੇ ਲਾਵਾ ਫੇਰੇ ਹੋਏ ਜੀ ਹਾਂਜੀ ਹੋਤ ਪ੍ਰਾਤਕੇ ਬਾਜੇ ਬਜੇ ਉઠੇ ਸਕਲ ਨਿਜ ਬਸਤਰਨ ਸਜੇ ਸੋ ਸਾਧ ਸੰਗਤ ਜੀ ਫਿਰ ਆਰਾਮ ਕੀਤਾ ਗਿਆ ਰਾਤ ਪੈ ਗਈ ਜੀ ਸਾਰਿਆਂ ਨੇ ਆਰਾਮ ਕੀਤਾ ਜੀ ਦਿਨ ਚੜਿਆ ਮਹਾਰਾਜ ਨੇ ਸ਼ਸਤਰ ਬਸਤਰ ਸਜਾਏ ਜੀ ਗੁਰੂਆਰ ਗੋਬਿੰਦ ਸਾਹਿਬ ਬਟਾਲੇ ਵਿੱਚ ਆਏ ਨੇ ਜੀ ਤੇ ਮਹਾਰਾਜ ਨੇ ਗੁਰਸਿੱਖਾਂ ਨੂੰ ਕਿਹਾ ਭਾਈ ਬਟਾਲੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਆਹ ਹੋਇਆ ਆਪਾਂ ਉਸ ਸਥਾਨ ਦੇ ਦਰਸ਼ਨ ਕਰਨ ਜਾਣੇ ਆ ਹਾਂਜੀ ਸ੍ਰੀ ਨਾਨਕ ਕੋ ਜਹੈ ਇਸ ਥਾਨ ਮਹਾਰਾਜ ਕਹਿੰਦੇ ਜਿੱਥੇ ਸਾਡੇ ਵੱਡੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਅਸਥਾਨ ਹੈ ਹਾਂਜੀ ਗਏ ਗੁਰੂ ਸੁਤ ਸੰਗ ਸੁਜਾਨ ਮਹਾਰਾਜ ਕਹਿਣ ਲੱਗੇ ਅਸੀਂ ਉੱਥੇ ਜਾਣਾ ਜੀ ਬਾਬਾ ਗੁਰਦਿੱਤਾ ਜੀ ਨੂੰ ਲੈ ਕੇ ਗੁਰੂ ਨਾਨਕ ਸਾਹਿਬ ਜੀ ਦੇ ਉਸ ਸਥਾਨ ਤੇ ਗਏ ਮਹਾਰਾਜ ਹਾਂਜੀ ਸਾਈਂ ਦਾਸ ਕਹਿਓ ਕਰ ਜੋਰ ਬਾਬਾ ਸਾਈਂ ਦਾਸ ਜੀ ਸਤਿਗੁਰੂ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਨ ਲੱਗੇ ਜੀ ਹਾਂਜੀ ਕਿਮ ਬੰਦਨ ਕੀਨੀ ਇਸ ਠੌਰ ਹੁਣ ਮਹਾਰਾਜ ਉਸ ਸਥਾਨ ਤੇ ਜੁ ਗਏ ਜੀ ਹਾਂਜੀ ਸਤੇ ਪਾਸ਼ਾ ਪਹਿਲਾਂ ਡੇਰਾ ਸਾਹਿਬ ਗਏ ਜੀ ਬਾਬਾ ਮੂਲਾ ਜੀ ਦਾ ਘਰ ਹੈ ਗੁਰੂ ਨਾਨਕ ਸਾਹਿਬ ਜੀ ਦੇ ਲਾਵਾ ਫੇਰੇ ਉੱਥੇ ਹੋਏ ਨੇ ਜੀ ਕੰਧ ਸਾਹਿਬ ਜਾਂਦੇ ਹੋ ਨਾ ਇੱਕ ਪਾਸੇ ਪਿਛਲੇ ਪਾਸੇ ਉਹ ਸਥਾਨ ਹੈ ਜਿੱਥੇ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਹੋਇਆ ਜੀ ਲਾਵਾ ਫੇਰੇ ਹੋਏ ਜੀ ਕੋਈ ਵੀ ਆ ਉੱਥੇ ਸਾਧ ਸੰਗਤ ਦੀ ਇੱਕ ਜੀ ਮਾਤਾ ਸੁਲਖਣੀ ਜੀ ਦੀ ਸੋ ਮਹਾਰਾਜ ਨੂੰ ਬਾਬਾ ਸਾਈਂ ਦਾਸ ਜੀ ਕਹਿਣ ਲੱਗੇ ਵੀ ਸੱਚੇ ਪਾਤਸ਼ਾਹ ਇਹ ਕਿਹੜਾ ਸਥਾਨ ਹੈ ਆਪ ਜੀ ਨੇ ਹੱਥ ਜੋੜ ਕੇ ਮੱਥਾ ਟੇਕਿਆ ਇੱਥੇ ਹੁਣ ਚੇਤਾ ਰੱਖਿਓ ਬਹੁਤ ਸਾਰੇ ਗੁਰਸਿੱਖ ਇਹ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ ਹੋਰ ਕਿਸੇ ਨੂੰ ਨਹੀਂ ਟੇਕਣਾ ਜੀ ਕਥਾਵਾਚਕ ਗਿਆਨੀ ਵੀ ਇਹ ਗੱਲ ਕਹਿੰਦੇ ਆ ਪਿਆਰਿਓ ਇੱਕ ਰੀਤ ਪਹਿਲਾਂ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕੀ ਆਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਚੇਤਾ ਰੱਖੋ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਤਿਗੁਰੂ ਨੇ ਸਾਡੇ ਮਾਲਕ ਨੇ ਸਾਡੇ ਸਾਰਾ ਕੁਝ ਨੇ ਜੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਪਰ ਇਹ ਗੱਲ ਕਹਿਣਾ ਕਿਸੇ ਹੋਰ ਨੂੰ ਨਹੀਂ ਮੱਥਾ ਟੇਕਣਾ ਇਹ ਗੱਲ ਗਲਤ ਹੈਗੀ ਹੈ ਜੀ ਕਿਉਂ ਗੁਰੂ ਹਰਗੋਬਿੰਦ ਸਾਹਿਬ ਨੇ ਉੱਥੇ ਮੱਥਾ ਟੇਕਿਆ ਜੀ ਗੁਰੂਵਾਰ ਗੋਬਿੰਦ ਸਾਹਿਬ ਖੁਦ ਗੁਰੂ ਨੇ ਮੱਥਾ ਟੇਕਿਆ ਜੀ ਤੇ ਬਾਬਾ ਸਾਈਂ ਦਾਸ ਦੀ ਪੁੱਛਦੇ ਸੱਚੇ ਪਾਤਸ਼ਾਹ ਇੱਥੇ ਮੱਥਾ ਟੇਕਿਆ ਕੋਈ ਕਾਰਨ ਹੋਵੇਗਾ ਜੀ ਤੇ ਚੇਤਾ ਰੱਖਿਓ ਉਹ ਤਾਂ ਸਥਾਨ ਸੀ ਥੜਾ ਹੀ ਸੀ ਨਾ ਉਹ ਜਿੱਥੇ ਮੱਥਾ ਟੇਕਿਆ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤੇ ਨਹੀਂ ਸੀਗਾ ਉੱਥੇ ਅੱਜ ਜ਼ਰੂਰ ਕੀਤਾ ਉੱਥੇ ਪ੍ਰਕਾਸ਼ ਮਹਾਰਾਜ ਜੀ ਦਾ ਪਰ ਉਦੋਂ ਦੇ ਨਹੀਂ ਸੀ ਨਾ ਹੈ ਪਰ ਮਹਾਰਾਜ ਉੱਥੇ ਮੱਥਾ ਟੇਕਦੇ ਆ ਜੀ ਕਾਰਨ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਹਾਂਜੀ ਤੇ ਭਾਈ ਗੁਰਦਾਸ ਜੀ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋ ਜਿੱਥੇ ਗੁਰੂ ਨਾਨਕ ਸਾਹਿਬ ਨੇ ਚਰਨ ਰੱਖ ਦਿੱਤਾ ਸਾਡੇ ਵਾਸਤੇ ਉਹ ਸਥਾਨ ਪੂਜਣ ਯੋਗ ਹੈ ਹਾਂਜੀ ਇੱਕ ਵਾਰੀ ਸੁਰਤ ਚ ਲੈ ਕੇ ਚਲੋ ਆਪਣੀਆਂ ਸੁਰਤੀਆਂ ਬਟਾਲੇ ਉਸ ਸਥਾਨ ਨੂੰ ਮੱਥਾ ਟੇਕ ਕੇ ਕਹੋ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਾਈ ਦਾਸ ਜੀ ਨੇ ਪੁੱਛਿਆ ਵੀ ਮਹਾਰਾਜ ਆਪ ਜੀ ਨੇ ਇੱਥੇ ਬੜੇ ਪਿਆਰ ਨਾਲ ਮੱਥਾ ਟੇਕਿਆ ਕੀ ਕਾਰਨ ਹੈ ਹਾਂਜੀ ਸ੍ਰੀ ਨਾਨਕ ਕੋ ਵਿਆਹ ਪ੍ਰਸੰਗ ਤੇ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਦੀ ਕਥਾ ਕੀਤੀ ਦੀ ਉੱਥੇ ਜੀ ਹਾਂਜੀ ਕਹਿਓ ਗੁਰੂ ਨੇ ਤਿਸ ਕੇ ਸੰਗ ਸੱਚੇ ਪਾਤਸ਼ਾਹ ਸਾਈਂ ਦਾਸ ਜੀ ਨੂੰ ਕਹਿਣ ਲੱਗੇ ਇੱਥੇ ਸਾਡੇ ਵੱਡੇ ਸਤਿਗੁਰੂ ਸਾਡੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਹੋਇਆ ਕਹਿਣ ਲੱਗੇ ਹਾਂਜੀ ਆਏ ਇਹਾ ਫਿਰੇ ਨਿਜ ਫੇਰੇ ਇੱਥੇ ਮਹਾਰਾਜ ਚੱਲ ਕੇ ਆਏ ਸਾਡੇ ਸਤਿਗੁਰੂ ਜੀ ਇੱਥੇ ਗੁਰੂ ਨਾਨਕ ਸਾਹਿਬ ਜੀ ਨੇ ਫੇਰੇ ਲਏ ਆ ਕੇ ਹਾਂਜੀ ਮੂਲੇ ਕੇ ਘਰ ਮਹਿ ਤਿਸ ਬੇਰੇ ਮਹਾਰਾਜ ਕਹਿੰਦੇ ਇਹ ਜਿਹੜਾ ਘਰ ਸੀ ਨਾ ਇਹ ਬਾਬਾ ਮੂਲਾ ਖत्री ਜੀ ਦਾ ਘਰ ਸੀ ਆਖੋ ਵਾਹਿਗੁਰੂ ਵਾਹਿਗੁਰੂ ਮੂਲਾ ਜੀ ਦਾ ਘਰ ਸੀਗਾ ਇਹ ਤੇ ਬਾਬਾ ਮੂਲ ਚੰਦ ਜੀ ਤੇ ਮਾਤਾ ਚੰਦੋ ਰਾਣੀ ਜੀ ਦੀ ਧੀ ਹੈ ਨਾ ਜੀ ਮਾਤਾ ਸੁਲਖਣੀ ਦੀ ਮਹਾਰਾ ਕਹਿੰਦੇ ਇਹ ਉਹਨਾਂ ਦਾ ਘਰ ਸੀ ਉਸ ਸਮੇਂ ਤੇ ਅੱਜ ਇਸ ਥਾਨ ਤੇ ਸੰਗਤਾਂ ਮੱਥਾ ਟੇਕਦੀਆਂ ਅੱਜ ਵੀ ਮੱਥਾ ਟੇਕਦੀਆਂ ਸੰਗਤਾਂ ਹਾਂਜੀ ਪੂਜਾ ਕਰ ਸਥਾਨ ਕੀ ਆਏ ਫਿਰ ਮਹਾਰਾ ਨੇ ਉਸ ਸਥਾਨ ਤੇ ਨਮਸਕਾਰ ਕੀਤੀ ਜੀ ਪੂਜਾ ਆਸਣ ਥਾਪਣ ਸਵਾ ਫਿਰ ਕੰਧ ਸਾਹਿਬ ਵਾਲੇ ਸਥਾਨ ਤੇ ਗਏ ਗੁਰੂ ਆਰ ਗੋਬਿੰਦ ਸਾਹਿਬ ਕਹਿੰਦੇ ਮਹਾਰਾਜ ਇਸ ਕੰਧ ਦਾ ਕੀ ਇਤਿਹਾਸ ਹੈ ਆਪ ਜੀ ਨੇ ਇਸ ਕੰਧ ਨੂੰ ਵੀ ਮੱਥਾ ਟੇਕਿਆ ਗੁਰੂ ਹਰਗੋਬਿੰਦ ਸਾਹਿਬ ਸਾਈਂ ਦਾਸ ਜੀ ਨੂੰ ਕਹਿਣ ਲੱਗੇ ਸਾਈਂ ਦਾਸ ਜੀ ਇਸ ਕੰਧ ਦੇ ਉੱਤੇ ਗੁਰੂ ਨਾਨਕ ਸਾਹਿਬ ਜੀ ਦੀ ਦ੍ਰਿਸ਼ਟੀ ਪਈ ਹੋਈ ਹੈ ਤੇ ਕੱਲੀ ਦ੍ਰਿਸ਼ਟੀ ਨਹੀਂ ਪਈ ਗੁਰੂ ਨਾਨਕ ਸਾਹਿਬ ਨੇ ਇਸ ਕੰਧ ਨੂੰ ਵਰ ਦਿੱਤਾ ਜੋ ਮਰਜੀ ਹੋ ਜਾਏ ਇਹ ਕੰਧ ਨਹੀਂ ਟੱਠੇਗੀ ਕਹਿਣ ਲੱਗੇ ਜੁਗਾਂ ਜੁਗਾਂ ਤੱਕ ਇਹ ਕੰਧ ਰਹੇਗੀ ਦੀ ਮਹਾਰਾਜ ਨੇ ਉਹ ਸਾਰੀ ਗੱਲ ਦੱਸੀ ਵੀ ਜਦੋਂ ਮਹਾਰਾਜ ਲਾੜੇ ਬਣ ਕੇ ਇੱਥੇ ਆਏ ਸਾਡੇ ਸਤਿਗੁਰੂ ਜੀ ਬੀਬੀਆਂ ਨੇ ਜਾਣ ਕੇ ਕੱਚੀ ਕੰਧ ਦੇ ਠਾਮਾ ਰਤ ਨੂੰ ਬਿਠਾਇਆ ਜੀ ਮਖੌਲ ਕਰਨ ਵਾਸਤੇ ਇੱਕ ਮਾਈ ਕਹਿਣ ਲੱਗੀ ਮਹਾਰਾਜ ਨੂੰ ਪੁੱਤ ਇਹਨਾਂ ਤੇ ਨੂੰ ਕੱਚੀ ਕੰਧ ਦੇ ਠੰਬ ਠਾ ਤਾ ਤੇ ਮੇਰੇ ਸਤਿਗੁਰੂ ਦੇ ਮੂੰਖੋਂ ਬਚਨ ਨਿਕਲਿਆ ਇਹ ਕੰਧ ਕੱਚੀ ਨਹੀਂ ਹੈ ਜੁਗਾਂ ਜੁਗਾਂ ਤੱਕ ਰਹੇਗੀ ਕਹਿੰਦੇ ਉਸ ਕੰਧ ਨੂੰ ਵੀ ਮੱਥਾ ਟੇਕਿਆ ਮਹਾਰਾਜ ਨੇ ਜੀ ਹਾਂਜੀ ਹੁਣ ਕਹਿੰਦੇ ਨਾਮ ਮੱਥਾ ਟੇਕੋ ਉਦੋਂ ਤੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਸੀ ਉੱਥੇ ਪਰ ਫਿਰ ਜੇ ਤਾ ਰਖਿਓ ਉਸ ਕੰਧ ਦੇ ਹੇਠਾਂ ਗੁਰੂ ਨਾਨਕ ਸਾਹਿਬ ਜੀ ਬੈਠੇ ਦੀ ਸਾਧਾਰਤ ਭਈ ਅਰੇ ਆਵ ਜਿੱਥੇ ਮੇਰਾ ਸਤਗੁਰ ਬੈਠਾ ਹੈ ਹਾਂਜੀ ਪੁਨ ਭੋਜਨ ਹਿਤ ਗੁਰੂ ਬੁਲਾਏ ਫਿਰ ਸਾ ਸੰਗਤ ਦੀ ਬਾਬਾ ਰਾਮਾ ਜੀ ਦਾ ਘਰ ਲੱਗ ਗਿਆ ਸੀਗਾ ਜੀ ਹਾਂਜੀ ਉਹ ਤੁਹਾਨੂੰ ਪਤਾ ਬਟਾਲੇ ਦੀਆਂ ਛੋਟੀਆਂ-ਛੋਟੀਆਂ ਗਲੀਆਂ ਦੀ ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਫਿਰ ਬਾਬਾ ਰਾਮਾ ਜੀ ਨੇ ਪ੍ਰਸ਼ਾਦਾ ਛਕਣ ਦੀ ਸੱਦਿਆ ਜੀ ਹਾਂਜੀ ਸ੍ਰੀ ਹਰਿ ਗੋਵਿੰਦ ਸਿਵਕਾ ਚਰਕੇ ਹਾਂਜੀ ਚਲੇ ਬਰਾਤ ਸੰਗ ਲੈ ਕਰਕੇ ਤੇ ਮਹਾਰਾਜ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਫਿਰ ਆਪ ਰੱਥ ਤੇ ਚੜਕੇ ਤੇ ਬਰਾਤ ਦੇ ਅੱਗੇ ਸਾਰੀ ਬਰਾਤ ਨੂੰ ਨਾਲ ਲੈ ਕੇ ਭੋਜਨ ਵਾਲੇ ਸਥਾਨ ਤੇ ਪਹੁੰਚੇ ਜੀ ਹਾਂਜੀ ਚਮਰ ਟੁਰਤ ਹੈ ਬਾਰੰਬਾਰੀ ਹਾਂਜੀ ਸੇਤ ਪੁਸ਼ਾਕ ਸਜੈ ਤੁਤ ਭਾਰੀ ਸਾਧ ਸੰਗਤ ਜੀ ਸਾਡੇ 7 ਫੁੱਟ ਕੱਦ ਗੁਰੂ ਅਰਗੁਨ ਸਾਹਿਬ ਜੀ ਦਾ ਜੀ ਹਾਂਜੀ ਭਾਈ ਸੰਤੋਖ ਸਿੰਘ ਕਹਿੰਦੇ ਉਸ ਦਿਨ ਚਿੱਟੇ ਰੰਗ ਦਾ ਚੋਲਾ ਪਾਇਆ ਮਹਾਰਾਜ ਨੇ ਕਲਗੀ ਸਜਾਈ ਦੀ ਮੇਰੇ ਪੇਰੇ ਦੀਆਂ ਸਲਵ ਤਲਵਾਰਾਂ ਸਜਾਈਆਂ ਦੀ ਤੇ ਬਾਰ-ਬਾਰ ਚੌਰ ਸਾਹਿਬ ਹੋ ਰਿਆ ਮਹਾਰਾਜ ਦੇ ਸੀਸ ਉਤੇ ਜੀ ਹਾਂਜੀ ਨਵਲਾ ਹਾਥ ਗਹੀ ਚਪਲਾਵੇਂ ਤੇ ਸਤਗੁਰੂ ਜੀ ਨੇ ਆਪਣੇ ਹੱਥ ਚ ਨਾ ਫੁੱਲਾਂ ਦੀ ਛੜੀ ਫੜੀ ਹੋਈ ਦੀ ਇੱਕ ਜੀ ਹਾਂਜੀ ਜਿਤ ਦੇਸ਼ ਮੁਖ ਕਰ ਦ੍ਰਿਸ਼ਟ ਚਲਾਵੇਂ ਤੇ ਮਹਾਰਾਜ ਉਹ ਰੱਥ ਤੋਂ ਲੰਘ ਰਹੇ ਆ ਬਟਾੜੇ ਦੇ ਲੋਕ ਦਰਸ਼ਨ ਕਰ ਰਹੇ ਆ ਜਿਹਦੇ ਵੱਲ ਵੇਖਦੇ ਖੁਸ਼ ਹੋ ਕੇ ਵੇਖਦੇ ਮਹਾਰਾਜ ਤੇ ਮਹਾਰਾਜ ਜੀ ਦੀ ਤੱਕਣੀ ਇਹੋ ਜੀ ਆ ਦ੍ਰਿਸ਼ਟੀ ਇਹੋ ਜੀ ਆ ਜਿਹਦੇ ਵੱਲ ਮਹਾਰਾਜ ਦ੍ਰਿਸ਼ਟੀ ਪਾਉਂਦੇ ਖੁਸ਼ ਹੋ ਕੇ ਵੇਖਦੇ ਨਾ ਜੀ ਉਹਨੂੰ ਇਉਂ ਲੱਗਦਾ ਵੀ ਮੇਰੇ ਜਨਮਾਂ ਜਨਮਾਂ ਦੇ ਦੁੱਖ ਹੀ ਕੱਟੇ ਗਏ ਨੇ ਜੀ ਗੁਰੂਵਾਰ ਗੋਬਿੰਦ ਸਾਹਿਬ ਦੇ ਦਰਸ਼ਨ ਇਹੋ ਜਿਹੇ ਹੈਗੇ ਸਾਧ ਸੰਗਤ ਦੀ ਹਾਂਜੀ ਖਰੇ ਹਜ਼ਾਰੋਂ ਬੰਦਨ ਠਨ ਹੈ ਹਜ਼ਾਰਾਂ ਲੋਕ ਆਸੇ ਪਾਸੇ ਦੇ ਆਏ ਸਨ ਬਰਾਤ ਵਿਆਹ ਵਿੱਚ ਸਾਰੇ ਮਾਰਾ ਨੂੰ ਮੱਥਾ ਟੇਕਦੇ ਆ ਹਾਂਜੀ ਮੰਦ ਮੰਦ ਮਗਕੀਨ ਭਿਆਨ ਹੈ ਹੌਲੀ ਹੌਲੀ ਸੱਚੇ ਪਾਤਸ਼ਾਹ ਜੀ ਨੇ ਫਿਰ ਉਹ ਸਾਰਾ ਰਸਤਾ ਜਿਹੜਾ ਨਾਂ ਦੀ ਉਹ ਤੈਅ ਕੀਤਾ ਜੀ ਹਾਂਜੀ ਪਹੁੰਚੇ ਚੱਲ ਰਾਮੇ ਕੇ ਪੌਰ ਫਿਰ ਬਾਬਾ ਰਾਮਾ ਜੀ ਦੇ ਘਰ ਆਏ ਜੀ ਇਹ ਦੋ ਕੁ ਦਿਨ ਨਾ ਮਾਰ ਬਟਾਲੇ ਵਿੱਚ ਹੀ ਰਹੇ ਸੱਚੇ ਪਾਤਸ਼ਾਹ ਹਾਂਜੀ ਹਿਤ ਆਦਰ ਆਵਤ ਸਭ ਦੌਰ ਸਾਰੇ ਮਾਰਾ ਨੂੰ ਅਗਲ ਵੰਡੀ ਲੈਣ ਵਾਸਤੇ ਦੌੜ ਕੇ ਅੱਗੇ ਆਏ ਜੀ ਹਾਂਜੀ ਹਾਥ ਜੋਰ ਮੁਖ ਬਿਕਸਦ ਕਾਵਤ ਤਨ ਗਰੀਬ ਨਿਵਾਜ ਅਲਾਵਤ ਤੇ ਫਿਰ ਹੱਥ ਜੋੜ ਕੇ ਬੇਨਤੀ ਕਰਦੇ ਸੱਚੇ ਪਾਤਸ਼ਾਹ ਗਰੀਬ ਨਿਵਾਜ ਬੜੀ ਕਿਰਪਾ ਕੀਤੀ ਮਾਰਾ ਤੁਸੀਂ ਧੰਨ ਸਾਡੇ ਗਰੀਬਾਂ ਦੇ ਘਰ ਚਰਨ ਪਾਏ ਆ ਜੀ ਹਾਂਜੀ ਚਾਰ ਚਕੋਨੀ ਚੌਂਕੀ ਚੰਦਨ ਸੋਣੀ ਚਾਰ ਨੁਕਰਾਂ ਵਾਲੀ ਚੰਦਨ ਦੀ ਚੌਂਕੀ ਡਾਈ ਦੀ ਹਾਂਜੀ ਗੁਰੂ ਬਿਠਾਏ ਕਰ ਕਰ ਬੰਦਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬਿਠਾਇਆ ਜੀ ਹਾਂਜੀ ਔਰ ਮੋਹਰੀ ਆਦ ਬਡੇਰੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਸੁਪੁੱਤਰ ਬਾਬਾ ਜੀ ਬਾਬਾ ਮੋਹਰੀ ਜੀ ਉਹ ਵੀ ਨਾਲ ਨੇ ਉਹਨਾਂ ਨੂੰ ਵੀ ਬਿਠਾਇਆ ਜੀ ਹਾਂਜੀ ਉਚਾਸਣ ਪਰ ਥਿਰ ਤੇ ਸਬੇਰੇ ਮਹਾਰਾਜ ਗਰੀਬ ਨਿਵਾਜ ਜੀ ਨੂੰ ਉੱਚੇ ਆਸਣ ਤੇ ਬਿਠਾਇਆ ਜੀ ਹਾਂਜੀ ਉਤਮ ਸਭ ਪਕਵਾਨ ਪਰੋਸੇ ਇਤੋ ਪਾਏ ਇੱਕ ਬਿਰਜਮ ਤੋਸੇ ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ ਤੇ ਵਰਤਾਵੇ ਬੜੇ ਸਿਆਣੇ ਨੇ ਜੀ ਸਾਰਿਆਂ ਨੂੰ ਪਕਵਾਨ ਪਾਏ ਜੀ ਜੋ ਜੋ ਬਣਾਇਆ ਸੀ ਇਤੋ ਪਾਏ ਇੱਕ ਬਿਰਜਮ ਤੋਸੇ ਕਹਿੰਦੇ ਇੱਕੋ ਵਾਰ ਜੀ ਉਹਨਾਂ ਪਾਇਆ ਵੀ ਬੰਦਾ ਰਾਜ ਜਾਵੇ ਜੀ ਪਤਾ ਕੀ ਗੱਲ ਹੈ ਤੁਹਾਨੂੰ ਵੀ ਕਿਤੇ ਵਰਤਾਉਣ ਦਾ ਮੌਕਾ ਮਿਲੇ ਜਿਹੜਾ ਤੇ ਕਵੇ ਸਵਾਇਆ ਉਹਨੂੰ ਤੇ ਪਾਉਣਾ ਥੋੜਾ ਜੀ ਪਰ ਜਿਹੜਾ ਕੁਝ ਨਾ ਨਾ ਕਵੇ ਉਹਨੂੰ ਥੋੜਾ ਨਹੀਂ ਪਾਉਣਾ ਜੀ ਕਈ ਵਾਰੀ ਸ਼ਕਣ ਵਾਲੇ ਸੰਗ ਜਾਂਦੇ ਆ ਜੀ ਉਹ ਦੂਜੀ ਵਾਰੀ ਮੰਗਦੇ ਹੀ ਨਹੀਂ ਜੀ ਮੰਗਦੇ ਹੀ ਨਹੀਂ ਜੀ ਉਹ ਇੱਕ ਜਣਾ ਸਵਾਇਆ ਕਹਿ ਦਿੰਦਾ ਫਿਰ ਆਪਾਂ ਬ੍ਰਾਹਮ ਰੂਪ ਹੋ ਕੇ ਸਾਰਿਆਂ ਨੂੰ ਸਵਾਇਆ ਹੀ ਪਾਈ ਜਾਂਦੇ ਆ ਜੀ ਨਹੀਂ ਕਹਿੰਦੇ ਇਤੋਂ ਪਾਏ ਇੱਕ ਬਿਰਜਮ ਤੋਂ ਸੇ ਵਰਤੋਂ ਵਾਲੇ ਇਸ ਹਿਸਾਬ ਨਾਲ ਵਰਤਾ ਰਹੇ ਨੇ ਇੱਕੋ ਵਾਰ ਪਾ ਕੇ ਭਾਵ ਇੱਕੋ ਵਾਰ ਇਹਨਾਂ ਪਾਉਂਦੇ ਵੀ ਬੰਦਾ ਸ਼ੱਕ ਕੇ ਰੱਜ ਜਾਵੇ ਦੀ ਮੁੜ ਮੰਗਣਾ ਨਾ ਪਵੇ ਕਿਉਂ ਕਈ ਫਿਰ ਮੁੜ ਮੰਗਦੇ ਨਹੀਂ ਸਾਸ ਸੰਗਤ ਉਹ ਕਹਿੰਦੇ ਬਾਰ ਬਾਰ ਨਹੀਂ ਮੰਗਣਾ ਹਾਂਜੀ ਪਿਸਤਾ ਦਾਖ ਬਦਾਮਣ ਗਿਰੀ ਹਾਂਜੀ ਸਰਬ ਅਮੇਜ ਮੁਦੁਰਤਾ ਕਰੀ ਬੜੇ ਬੜੇ ਮਿੱਠੇ ਪਦਾਰਥ ਬਣਾਏ ਗਏ ਜਿਨ੍ਹਾਂ ਵਿੱਚ ਪਿਸਤੇ ਪਾਏ ਜੀ ਤੇ ਦਾਖ ਮੇਵੇ ਬਦਾਮਾ ਬਦਾਮ ਦੀਆਂ ਗਿਰੀਆਂ ਬਹੁਤ ਕੁਝ ਪਾ ਕੇ ਗੁਰੂ ਸਾਹਿਬ ਵਾਸਤੇ ਤਰ੍ਹਾਂ ਤਰ੍ਹਾਂ ਦਾ ਭੋਜਨ ਤਿਆਰ ਕੀਤਾ ਜੀ ਹਾਂਜੀ ਅਚਵਨ ਕਰਤ ਬਰਾਤੀ ਸਾਰੇ ਹਾਂਜੀ ਹਰਖਤ ਗਾਰੀ ਨਾਰ ਨਕਾਰੇ ਤੇ ਸਾਰੇ ਬੜੇ ਖੁਸ਼ੀ ਦੇ ਨਾਲ ਛੱਕ ਰਹੇ ਆ ਬੜੀ ਖੁਸ਼ੀ ਦੇ ਨਾਲ ਛੱਕ ਰਹੇ ਮੇਰੇ ਖਿਆਲ ਨਾਲ ਜਿੰਨੀ ਕੁ ਵਾਰੀ ਬਾਬਾ ਜੀ ਨੇ ਪ੍ਰਸ਼ਾਦ ਦਾ ਛਕਾਇਆ ਆਮ ਬੰਦਾ ਨਹੀਂ ਛਕਾ ਸਕਦਾ ਜੀ ਅੱਜਕੱਲ੍ਹ ਤੇ ਬਰਾਤਾਂ ਜਿਹੜੀਆਂ ਉਹ ਇੰਨਾ ਸਮਾਂ ਰਹਿੰਦੀਆਂ ਨਹੀਂ ਦੀ ਮਸਾਂ ਇੱਕੋ ਟਾਈਮ ਦਾ ਹੀ ਭੋਜਨ ਹੁੰਦਾ ਜੀ ਹਾਂਜੀ ਉਹਦੇ ਵਿੱਚ ਹੀ ਸਾਰਾ ਜੋਰ ਲਾ ਦਿੰਦੇ ਆ ਜੀ ਪਰ ਬਾਬਾ ਜੀ ਨੇ ਦੋ ਤਿੰਨ ਵਾਰੀ ਪ੍ਰਸ਼ਾਦਾ ਗੁਰੂ ਜੀ ਨੂੰ ਸ਼ਿਕਾਇਤ ਆ ਜੀ ਹਾਂਜੀ ਝੂਠ ਪਾਏ ਧਨ ਹਾਥ ਪਕਾਰੇ ਹਾਂਜੀ ਸકલ ਰੀਤ ਕਰ ਸਿਵਰ ਸਿਹਾਰੇ ਉਹ ਜਦੋਂ ਮਹਾਰਾਜ ਸੱਤੇ ਪਾਸ਼ਾ ਦਾ ਥਾਲਾ ਚੁੱਕਣ ਲੱਗੇ ਉਹ ਫਿਰ ਕਹਿਣ ਮਹਾਰਾਜ ਵਿੱਚ ਮਾਇਆ ਪਾਓ ਮਾਰਨੇ ਵਿੱਚ ਮਾਇਆ ਪਾਈ ਜੀ ਫਿਰ ਹੱਥ ਧੋਤੇ ਸੱਚੇ ਪਾਤਸ਼ਾਹ ਜੀ ਨੇ ਹਾਂਜੀ ਸੂਰਜ ਮੁਖੀ ਅਗਾਰੀ ਕਰੇ ਹਾਂਜੀ ਕੰਚਨ ਦੰਡ ਬੀਜਨਾ ਧਰੇ ਤੇ ਸੂਰਜ ਮੁਖੀ ਸਾਥ ਸੰਗਤ ਦੀ ਪੱਖਾ ਉਹ ਮਹਾਰਾਜ ਗਰੀਬ ਨਿਵਾਜੇ ਨੂੰ ਚੱਲਦੇ ਆ ਸੋਨੇ ਦੀਆਂ ਡੰਡੀਆਂ ਵਾਲੀਆਂ ਚੋਭਾਂ ਜਿਹੜੀਆਂ ਉਹ ਅੱਗੇ ਐ ਸੋਇਸ ਤਰੀਕੇ ਦੇ ਨਾਲ ਗੁਰੂ ਜੀ ਨੇ ਬਾਬਾ ਜੀ ਬਾਬਾ ਗੁਰਦਿੱਤਾ ਜੀ ਦਾ ਵਿਆਹ ਕੀਤਾ ਜੀ ਹਾਂਜੀ ਉਥੋਂ ਮਹਾਰਾਜ ਸੱਚੇ ਪਾਤਸ਼ਾਹ ਚਾਲਾ ਪਾਉਣਗੇ ਜੀ ਉਹ ਪ੍ਰਸੰਗ ਆਪਾਂ ਆਉਣ ਵਾਲੇ ਦਿਨਾਂ ਵਿੱਚ ਕੱਲ ਨੂੰ ਸੁਣਾਂਗੇ ਗੁਰੂ ਨਾਨਕ ਸਾਹਿਬ ਜੀ ਦੇ ਅਸਥਾਨ ਤੇ ਮਹਾਰਾਜ ਜਰੂਰ ਗਏ ਜੀ ਚੇਤਾ ਰੱਖਿਓ ਬਟਾਲੇ ਜਾਓ ਕਿਸੇ ਦੇ ਰਿਸ਼ਤੇਦਾਰ ਦਾ ਘਰ ਹੋਵੇ ਤੇ ਬੰਦਾ ਬਟਾਲੇ ਜਾਵੇ ਤੇ ਕੋਸ਼ਿਸ਼ ਕਰਿਆ ਕਰੋ ਜਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਲਾਗਲੇ ਪਾਸੇ ਗਏ ਤੇ ਗੁਰੂ ਨਾਨਕ ਸਾਹਿਬ ਜੀ ਦੇ ਅਸਥਾਨ ਦੇ ਜਰੂਰ ਦਰਸ਼ਨ ਕੀਤੇ ਜੀ ਵੱਡੇ ਸਤਿਗੁਰਾਂ ਦੇ ਸਥਾਨਾਂ ਤੇ ਜਰੂਰ ਮੱਥਾ ਟੇਕਣਾ ਚਾਹੀਦਾ ਹੈ। ਨਮਸਕਾਰ ਕਰਨੀ ਚਾਹੀਦੀ ਹੈ। ਨਮਸਕਾਰ ਕੀਤੇ ਆ ਭਲਾ ਹੁੰਦਾ ਹੈ ਜੀ। ਤੇ ਭਾਵੇਂ ਵਿਆਹ ਹੀ ਹੈ ਚੇਤਾ ਰੱਖਿਓ। ਭਾਵੇਂ ਵਿਆਹ ਦਾ ਹੀ ਮੌਕਾ ਹੈ ਪਰ ਜਿਹੜਾ ਭਾਵਨਾ ਨਾਲ ਦਰਸ਼ਨ ਕਰ ਰਿਹਾ ਗੁਰੂ ਅਰਗੁਬਿੰਦ ਸਾਹਿਬ ਜੀ ਦੀ ਮਿਹਰ ਨਾਲ ਉਹਦੇ ਪਾਪ ਦੂਰ ਹੁੰਦੇ ਆ ਜੀ। ਉਹਦੇ ਪਾਪ ਦੂਰ ਹੁੰਦੇ ਆ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਭਾਵਨਾ ਨਾਲ ਦਰਸ਼ਨ ਕਰਿਆ ਕਰੀਏ। ਜਿਨਨੇ ਡਿਠਾ ਮੇਰਾ ਸਤ ਗੁਰ ਪਾਉ ਕਰ ਤਿੰਨ ਕੇ ਸਭ ਪਾਪ ਨਿਵਾਰੀ ਆਓ ਪਿਆਰ ਨਾਲ ਇਹ ਪੰਗਤੀ ਪੜੋ ਫਿਰ ਅਰਦਾਸ ਕੀ ਮਾਵਾਂਗੇ ਜਿਨਨੇ ਡਿਠਾ ਮੇਰਾ ਸਤ ਗੁਰ ਪਾਉ ਕਰ ਜਿਨਨੇ ਡਿਠਾ ਮੇਰਾ ਸਤ ਗੁਰ ਪਾਉ ਕਰ ਜਿਨਨੇ ਡਿਠਾ ਮੇਰਾ ਸਤ ਗੁਰ ਭਾਉ ਕਰ ਜਿਨੇ ਡਿਠਾ ਮੇਰਾ ਸਤਿਗੁਰ ਭਾਉ ਕਰ ਤਿੰਨ ਕੇ ਸਭ ਪਾਪ ਨਿਵਾਰੀ ਤਿੰਨ ਕੇ ਸਭ ਪਾਪ ਨਿਵਾਰੀ ਤਿੰਨ ਕੇ ਸਭ ਪਾਪ ਨਿਵਾਰੀ ਤਿੰਨ ਕੇ ਸਭ ਪਾਪ जिने डठा मेरा सतगुरु पाओ कर जिने डठा मेरा सतगुरु पाओ कर तिनके सब पाप निवारी तिनके सब पाप निवारी जिने डठा मेरा ਸਤ ਗੁਰ ਭਾਉ ਕਰ ਜਿਨੇ ਡਠਾ ਮੇਰਾ ਸਤ ਗੁਰ ਭਾਉ ਕਰ ਭਾਵੇਂ ਵਿਆਹ ਵਾਲਾ ਹੀ ਸਮਾ ਜੀ ਪਰ ਗੁਰੂ ਤਾਂ ਉਹ ਹੀ ਹੈ ਨਾ ਜੀ ਗੁਰੂ ਆਰ ਗੋਬਿੰਦ ਸਾਹਿਬ ਆਪਣੇ ਪੁੱਤਰ ਦਾ ਵਿਆਹ ਕਰਨ ਆਏ ਆ ਮਹਾਰਾਜ ਬਟਾਲੇ ਪਰ ਇਸ ਸਮੇਂ ਵਿੱਚ ਵੀ ਬੜੀਆਂ ਬਖਸ਼ਿਸ਼ਾਂ ਕਰ ਰਏ ਬੜੀਆਂ ਰਹਿਮਤਾਂ ਕਰ ਰਏ ਆ ਬੜੀ ਕਿਰਪਾ ਕਰ ਰਏ ਆ ਜਿਹੜਾ ਭਾਵਨਾ ਦੇ ਨਾਲ ਗੁਰੂ ਜੀ ਦੇ ਦਰਸ਼ਨ ਕਰ ਰਿਹਾ ਉਹਦਾ ਭਲਾ ਹੋ ਰਿਹਾ ਜੀ ਬਾਬਾ ਰਾਮਾ ਜੀ ਬੜੀ ਭਾਵਨਾ ਦੇ ਨਾਲ ਸੇਵਾ ਕਰ ਰਿਹਾ ਜੀ ਗੁਰੂ ਜੀ ਦੀ ਵੀ ਤੇ ਗੁਰੂ ਜੀ ਦੇ ਸਿੱਖਾਂ ਦੀ ਵੀ ਹਾਂਜੀ ਜ਼ਿੰਦਗੀ ਦੇ ਵੱਡੇ ਭਾਗਾਂ ਵਾਲਿਆਂ ਨੂੰ ਇੱਕ ਇਹ ਮੌਕਾ ਮਿਲਦਾ ਹਰ ਇੱਕ ਤੇ ਬਾਬਾ ਰਾਮਾ ਜੀ ਵਾਲੇ ਭਾਗ ਥੋੜੀ ਹੈ ਗਿਆ ਜੀ ਵੀ ਗੁਰੂ ਆਰ ਗੋਬਿੰਦ ਸਾਹਿਬ ਜੀ ਦੇ ਪੁੱਤਰ ਉਹਨਾਂ ਦੇ ਜਵਾਈ ਪਾਈ ਬਣਾਂਗੇ ਹਾਂਜੀ ਹਾਂਜੀ ਮਾਰਾ ਦੇ ਗਰੀਬ ਨਵਾਦ ਸੱਤੇ ਪਾਸ਼ਾ ਮੇਰ ਕਰਨ ਬਾਬਾ ਗੁਰਦਿੱਤਾ ਜੀ ਦੇ ਵਿਆਹ ਦੀ ਤੁਹਾਨੂੰ ਬਹੁਤ-ਬਹੁਤ ਵਧਾਈਆਂ ਹੋਣ ਜੀ ਜਦੋਂ ਕਿਤੇ ਮੌਕਾ ਬਣੇ ਬਟਾਲੇ ਟਾਣ ਦਾ ਤਾਂ ਉਥੇ ਸੱਤ ਕਰਤਾਰੀਆਂ ਗੁਰਦੁਆਰਾ ਸਾਹਿਬ ਹੈ ਕਿ ਸੱਤ ਕਰਤਾਰੀਆਂ ਤੇ ਉਹ ਅਸਥਾਨ ਹੈ ਜਿੱਥੇ ਬਾਬਾ ਜੀ ਬਾਬਾ ਗੁਰਦਿੱਤਾ ਸਾਹਿਬ ਜੀ ਦਾ ਇਹ ਸਾਰਾ ਕਾਰਜ ਹੋਇਆ ਜੀ ਹਾਂਜੀ ਕੰਧ ਸਾਹਿਬ ਡੇਰਾ ਸਾਹਿਬ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਕਾਰਜ ਹੋਇਆ ਜੀ ਤੇ ਸਤ ਕਰਤਾ ਰਿਆਂ ਸਾਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਹਿਬਜ਼ਾਦਾ ਜੀ ਬਾਬਾ ਗੁਰੂ ਦਿੱਤਾ ਸਾਹਿਬ ਜੀ ਦਾ ਕਾਰਜ ਹੋਇਆ ਜੀ ਜਰੂਰ ਮੌਕਾ ਬਣੇ ਜਾ ਕੇ ਦਰਸ਼ਨ ਕਰਿਆ ਕਰਿਓ ਮਹਾਰਾਜ ਸੱਚੇ ਪਾਸ਼ਾ ਮੀਰੰਕਰਨ ਕਿਰਪਾ ਕਰਨ ਹੋਈਆਂ ਪੁੱਲਾਂ ਚੁਕਾਂ ਦੀ ਖਿਮਾ ਬਖਸ਼ਿਸ਼ ਕਰਨੀ ਸਾਰੀ ਸੰਗਤ ਦੇ ਸਿਰ ਤੇ ਸੱਚੇ ਪਾਸ਼ਾ ਮੇਰਾ ਭਰਿਆ ਹੱਥ ਰੱਖਣ ਕਿਰਪਾ ਭਰਿਆ ਹੱਥ ਰੱਖਣ ਪੁੱਲਾਂ ਚੁਕਾਂ ਦੀ ਖਿਮਾ ਬਖਸ਼ਿਸ਼ ਕਰਨੀ ਭਾਈ ਸਾਹਿਬ ਪਾਏ ਗੁਰਦੇਵ ਸਿੰਘ ਜੀ ਦੀ ਜੀ ਅਰਦਾਸ ਕਰਨੀ ਸਾਰੀ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਸੁੱਖਾਂ ਸੁੱਖਾਂ ਦੇ ਨਾਲ ਇਹ ਆਪਣੇ ਪਰਿਵਾਰ ਦੇ ਕੋਲ ਪਹੁੰਚਣ ਤੇ ਬਾਬਾ ਜੀ ਬਾਬਾ ਗੁਰਦਿੱਤਾ ਜੀ ਦੇ ਵਿਆਹ ਦੀ ਵੀ ਤੁਹਾਨੂੰ ਬਹੁਤ-ਬਹੁਤ ਵਧਾਈ ਹੋਵੇ। ਪੁਲਨਚਕਾਂ ਦੀ ਖਿਮਾ ਬਖਸ਼ਿਸ਼ ਕਰਨੀ ਗੱਜ ਕੇ ਫਤਿਹ ਬਲਾਉ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।